ਉਠੋ ਆਪਣੇ ਸ਼ਹਿਰ ਨੂੰ ਸੰਭਾਲੀਏ ਨਹੀਂ ਤਾਂ ਫਿਰ ਬਹੁਤ ਬੁਰਾ ਹਾਲ ਹੋਏਗਾ ਜੀ ਅੱਜ ਨਹੀਂ ਸੰਭਾਲਿਆ ਤਾਂ ਫਿਰ ਆਉਣ ਵਾਲਾ ਸਮਾਂ ਬੜਾ ਖਤਰਨਾਕ ਹੋ ਸਕਦਾ ਹੈ ਇਹ ਹਮੇਸ਼ਾ ਸਾਨੂੰ ਆਪਣੇ ਆਪ ਨੂੰ ਪੋਜ਼ਿਟਿਵ ਰੱਖਣਾ ਚਾਹੀਦਾ ਹੈ ਕਿ ਅਸੀਂ ਵਧੀਆ ਕੰਮ ਕਰ ਸਕਦੇ ਹਾਂ ਇੱਕ nde-nde ਵੱਡੇ ਅਸੀਂ ਬਿਜ਼ਨਸ ਖੜੇ ਕੀਤੇ ਆ ਠੀਕ ਹੈ ਨਾ ਤੇ ਵਾਈ ਨਾਟ ਬੀ ਕੰਨ ਰਨ ਬ੍ਰਾਂਟਨ ਰਾਈਟ ਬਣਾ ਸਕਦੇ ਹਾਂ ਲੈਂਗੁਏਜ ਨੂੰ ਲੈ ਕੇ ਕਈ ਲੋਕ ਬੜੇ ਬਰੇ ਨੇ ਉਹ ਕਹਿੰਦੇ ਕਿ ਯਾਰ ਬਾਬ ਦਸਾਂਝ ਹੋਰਾਂਦੀ ਜਿਹੜੀ ਫਰਸਟ ਲੈਂਗੁਏਜ ਹੈ ਉਹ ਇੰਗਲਿਸ਼ ਨਹੀਂ ਹੈ ਲੇਕਿਨ ਇੰਗਲਿਸ਼ ਚ ਕਮਿਊਨੀਕੇਟ ਕਰਨਾ ਜਾਂ ਉੱਥੇ ਗੱਲਬਾਤ ਕਰਨਾ ਮੁਸ਼ਕਲ ਹੋਏਗਾ ਜਿਹੜੇ ਲੋਕ ਉਥੇ ਪੜ੍ਹੇ ਲਿਖੇ ਤੁਸੀਂ ਲੈ ਕੇ ਆਂਦੇ ਹੋ ਉਹ ਕ੍ਰਾਪਸ਼ਨ ਕਰ ਰਹੇ ਨੇ ਉਹ ਰਲ ਕੇ ਸ਼ਹਿਰ ਨੂੰ ਖਾ ਰਹੇ ਨੇ ਕੀ ਪਿਛਲੇ 4 ਸਾਲਾਂ ਦੇ ਵਿੱਚ ਪੈਟਰਿਕ ਬ੍ਰਾਊਨ ਮੇਅਰ ਸਾਡੇ ਨੇ ਉਨਾ ਨੇ ਲੋਕਾਂ ਦੇ ਨਾਲ ਪੁਲਿਸ ਦੀ ਇੱਕ ਵੀ ਮੀਟਿੰਗ ਕਰਾਈ ਹੈ ਤੁਸੀਂ ਆਪਣੇ ਜਿਹੜੇ ਆਪੋਨੈਂਟਸ ਨੇ ਉਹਨਾਂ ਦਾ ਵਿਰੋਧ ਜ਼ਿਆਦਾ ਕਰ ਰਹੇ ਹੋ ਆਪਣੀਆਂ ਪਾਲਿਸੀਆਂ ਘੱਟ ਦੱਸ ਰਹੇ ਹੋ ਤੇ ਪੈਟਕ ਬਰੌਨ ਕੋ ਕਿਹੜੀ ਅੱਡੀ ਕਮਜ਼ੋਰੀ ਸੀ ਕਿ ਨਿੱਕੀ ਕੋਰ ਨੂੰ ਵਾਪਸ ਹਾਇਰ ਕਰਕੇ ਸੈਲਰੀ ਰੇਜ਼ ਕੀਤੀ ਗਈ ਸਾਡੇ ਜਦੋਂ ਕਮਿਊਨਿਟੀ ਚੋਹ ਭਾਈਚਾਰੇ ਜੋ ਪੰਜਾਬੀ ਦੋ ਕੈਂਡੀਡੇਟ ਖੜੇ ਹੋਣਗੇ ਤੋ ਇੱਕ ਦੂਸਰੇ ਦਾ ਨੁਕਸਾਨ ਕਰ ਰਹਾ ਹੁਣ ਕਿਤੇ ਚਾਂਸਸ ਆਰ ਕਿ ਪੈਟਰਿਕ ਬਰੌਨੋਂ ਦਾ ਫਾਇਦਾ ਨਹੀਂ ਪੈਟਿਕ ਬਰੌਨ ਦੀ ਹੀ ਬੀ ਟੀਮ ਹੈ ਪੈਟਿਕ ਬਰੌਨ ਤੇ ਨਿੱਕੀ ਕੌਰ ਸਿੱਕੇ ਦੇ ਦੋ ਪਹਿਲੂ ਜੀ ਦੋਸਤੋ ਇੱਕ ਵਾਰੀ ਫਿਰ ਤੁਹਾਡਾ ਬਹੁਤ ਬਹੁਤ ਸਵਾਗਤ ਹਰਜਿੰਦਰ ਗਿੱਲ ਸ਼ੋ 1350 AM ਤੇ ਮੰਡੇ ਟੂ ਫਰਡੇਸ ਦੀ ਦੁਪਹਿਰੇ 2 ਵਜੇ ਤੋਂ ਲੈ ਕੇ 5 ਵਜੇ ਤੱਕ ਹਾਜ਼ਰ ਹੋਈਦਾ ਤੇ ਜਿਵੇਂ ਜ਼ਿਕਰ ਕੀਤਾ ਸੀ ਕਿ ਮਿਊਨਿਸਪਲ ਐਕਸਿਸ ਨੂੰ ਪਹਿਲੀ ਗੱਲ ਤੇ ਇਹ ਆ ਕਿ ਅਸੀਂ ਦੁਬਾਰਾ ਫਿਰ ਆਪਣੇ ਵੱਲੋਂ ਰਿਕੁਐਸਟ ਕਰਦੇ ਆ ਆਪਣੇ ਵੱਲੋਂ ਅਪੀਲ ਕਰਦੇ ਆ ਕਿ ਇਹਨਾਂ ਚੋਣਾਂ ਦੇ ਵਿੱਚ ਵੱਧ ਤੋਂ ਵੱਧ ਆਪਣੀ ਇਨਵੋਲਵਮੈਂਟ ਆਪਣਾ ਯੋਗਦਾਨ ਜਿਹੜਾ ਹੈ ਜੀ ਚਾਹੇ ਅਸੀਂ ਕਿਸੇ ਦੇ ਨਾਲ ਵੋਲੰਟੇਰਲੀ ਕਿਸੇ ਕੈਂਡੀਡੇਟ ਨਾਲ ਜੁੜ ਕੇ ਨਿਭਾਉਣਾ ਚਾਹੇ ਵੋਟ ਪਾ ਕੇ ਨਿਭਾਉਣਾ ਤੇ ਜਾਹੀ ਕਿਸੇ ਵੀ ਤਰੀਕੇ ਦੇ ਨਾਲ ਫਾਈਨੈਂਸ਼ਲੀ ਜਾਂ ਪਰਸਨਲੀ ਕਿ ਕਈ ਤਰੀਕੇ ਹੋ ਸਕਦੇ ਨੇ ਔਰ ਇਹਨਾਂ ਇਹਨਾਂ ਦਿਨਾਂ ਦੇ ਵਿੱਚ ਜਿਹੜੇ ਕੈਂਡੀਡੇਟਸ ਨੇ ਉਹਨਾਂ ਦੇ ਕੈਂਪੇਨਸ ਦੇ ਨਾਲ ਜੁੜਨ ਦੇ ਲਈ ਵੀ ਅਸੀਂ ਇਨਕਰੇਜ ਕਰਦੇ ਹਾਂ ਤੇ ਪਲੱਸ ਵੱਡੀ ਜਿਹੜੀ ਸਾਡੀ ਇੱਕ ਗੁਜ਼ਾਰਿਸ਼ ਹੈ ਰਿਕੁਐਸਟ ਹੈ ਕਿ ਵੋਟ ਪਾਉਣ ਲਈ ਜ਼ਰੂਰ ਨਿਕਲੋ ਜੇ ਤੁਹਾਡੀ ਵੋਟ ਬਣੀ ਹੋਈ ਹੈ ਸੋ ਮਿਊਨਿਸਪਲ ਇਲੈਕਸ਼ਨਸ ਦੇ ਵਿੱਚ ਵਕ ਵਕ ਕੈਂਡੀਡੇਟਸ ਤੁਹਾਡੇ ਨਾਲ ਆਪੋ ਆਪਣੇ ਤਰੀਕਿਆਂ ਦੇ ਨਾਲ ਕੈਨਵਨਿੰਗ ਕਰ ਰਹੇ ਨੇ ਤੁਹਾਡੇ ਡੋਰ ਨਾਕਿੰਗ ਦੀ ਗੱਲ ਕਰ ਲਈਏ ਜਾਂ ਹੋਰ ਅਲੱਗ-ਅਲੱਗ ਜਿਹੜੀਆਂ ਗੈਦਰਿੰਗਸ ਨੇ ਉਹਨਾਂ ਦੇ ਵਿੱਚ ਤੁਸੀਂ ਉਹਨਾਂ ਦੇ ਸੁਨੇਹੇ ਸੁਣਦੇ ਹੋ ਉਹਨਾਂ ਨੂੰ ਮਿਲ ਇਸ ਲੜੀ ਦੇ ਵਿੱਚ ਜਿਹੜੇ ਸਾਡੇ ਰੇਡੀਓ ਟੀਵੀਜ਼ ਨੇ ਉਹ ਵੀ ਇੱਕ ਬੜਾ ਇੰਪੋਰਟੈਂਟ ਰੋਲ ਨਿਭਾ ਸਕਦੇ ਨੇ ਤੇ ਨਿਭਾ ਰਹੇ ਨੇ ਇਸ ਗੱਲ ਦੇ ਲਈ ਤੁਸੀਂ ਵੀ ਸਹਿਮਤ ਹੋਵੋਗੇ ਤੇ ਮੇਰੇ ਨਾਲ ਇਸ ਵੇਲੇ ਸਾਡੇ ਸਟੂਡੀਓ ਦੇ ਵਿੱਚ ਜਿੱਥੇ ਮੀਡੀਆ ਦੇ ਵਿੱਚ ਵੀ ਬਿਜ਼ਨਸ ਵਾਈਜ਼ ਵੀ ਕਮਿਊਨਿਟੀ ਵਾਈਜ਼ ਸੋਸ਼ੀਅਲ ਐਕਟੀਵਿਟੀਜ਼ ਦੇ ਵਾਈਜ਼ ਜੇ ਗੱਲ ਕਰੀਏ ਤਾਂ ਬਹੁਤ ਦਸਾਂਝ ਹੋ ਰਹੀ ਬੜੇ ਲੰਬੇ ਸਮੇਂ ਤੋਂ ਵਿਚਰਦੇ ਆ ਰਹੇ ਨੇ ਤੇ ਇਸ ਵਾਰ ਅੱਜ ਇਹਨਾਂ ਨੂੰ ਖੇਚਲ ਦਿੱਤੀ ਅਸੀਂ ਬਤੌਰ ਕੈਂਡੀਡੇਟ ਮੇਅਰ ਦੇ ਕੈਂਡੀਡੇਟ ਨੇ ਬ੍ਰੈਂਪਟਨ ਤੋਂ ਇਨਨੋ ਸਟੂਡੀਓ ਜੀ ਆਇਆਂ ਨੂੰ ਕਹਿੰਨੇ ਬਾਬੂ ਜੀ ਜੀ ਆਇਆਂ ਜਿੰਦਰਜੀ ਜੀ ਮੀਡੀਆ ਤੇ ਰਾਮਸ ਪੰਜਾਬੀ ਰੇਡੀਓ ਪਰਮ ਸੁਣਦੇ ਸਾਰੇ ਮੇਰੇ ਸਰੋਤਿਆਂ ਨੂੰ ਸასი ਕਾਲ ਨਮਸਕਾਰ ਤੇ ਆਦਾਬ ਜੀ ਤੇ ਤੁਹਾਡਾ ਧੰਨਵਾਦ ਆ ਸਾਡਾ ਤਾਂ ਸਮਾਂ ਠੀਕ ਆ ਵੀ ਤੁਸੀਂ ਜਿਹੜਾ ਆਪਣਾ ਕੀਮਤੀ ਸਮਾਂ ਦੇ ਰਹੇ ਹੋ ਤੁਹਾਡਾ ਧੰਨਵਾਦ ਬੜੀ ਮਿਹਰਬਾਨੀ ਬਾਬੂ ਜੀ ਪਹਿਲਾਂ ਤਾਂ ਤੁਹਾਨੂੰ ਬਹੁਤ ਬਹੁਤ ਸ਼ੁਭ ਕਾਮਨਾਵਾਂ ਔਰ ਇੱਕ ਚੰਗਾ ਕੈਂਪੇਨ ਰਨ ਕਰ ਰਹੇ ਹੋ ਕਾਫੀ ਸਾਰੀਆਂ ਜਿਹੜੀਆਂ ਲਿਮਿਟੇਸ਼ਨਸ ਜਾਂ ਕਈ ਵਾਰ ਚੈਲੰਜਸ ਨੂੰ ਸਾਹਮਣੇ ਰੱਖਦੇ ਹੋਏ ਜਿਸ ਤਰੀਕੇ ਦੇ ਨਾਲ ਆਪਾਂ ਕੰਮ ਕਰਾਉਣ ਜਦੋਂ ਕਿਤੇ ਸ਼ੁਰੂ ਕਰਦੇ ਹਾਂ ਇਨੀਸ਼ੀਏਟਿਵ ਲੈਂਦਾ ਤੇ ਤੁਸੀਂ ਕਾਫੀ ਅਗਰੈਸਿਵਲੀ ਲੱਗੇ ਹੋਏ ਹੋ ਡਟੇ ਹੋਏ ਹੋ ਕਿਉਂਕਿ ਜਦੋਂ ਸ਼ੁਰੂਆਤ ਹੋਈ ਸੀ ਪਤਾ ਸੀ ਵੀ ਚੈਲੰਜ ਆਉਣੇ ਨੇ ਚੈਲੰਜ ਆਉਣਗੇ ਸਕਸੈਸ ਫੇਰ ਹੀ ਆਉਂਦੀ ਤੇ ਚੈਲੰਜ ਨੂੰ ਬੰਦੇ ਨੂੰ ਨਾਲ ਲੈਣਾ ਚਾਹੀਦਾ ਤੇ ਜੇ ਤੁਸੀਂ ਕੋਈ ਸੈੱਟ ਕੀਤਾ ਆਪਣਾ ਵਿਜ਼ਨ ਪਈ ਮੈਂ ਆ ਚੀਜ਼ ਕਰਨੀ ਆ ਗੱਲ ਮੈਂ ਕਰਨੀ ਆ ਤਾਂ ਫਿਰ ਚੈਲੰਜ ਤਾਂ ਉਥੇ ਆਉਣਾ ਹੀ ਆ ਨਾ ਕਿ ਚੈਲੰਜ ਨੂੰ ਨਾਲ ਲੈ ਕੇ ਚੱਲੋ ਆਈ ਥਿੰਕ ਸ਼ੁੱਡਨਟ ਬੀ ਐਨੀ ਪ੍ਰੋਬਲਮ ਅੱਛਾ ਬਹੁਤ ਸਾਰੇ ਦੋਸਤ ਆਲਰੇਡੀ ਤੁਹਾਨੂੰ ਜਿੱਥੇ ਮੀਡੀਆ ਦੇ ਤੌਰ ਤੇ ਜਾਂ ਸੋਸ਼ੀਅਲੀ ਪੋਲੀਟੀਕਲੀ ਐਕਟਿਵਲੀ ਅਗੇ ਇਨਵੋਲਵ ਹੁੰਦਿਆਂ ਨੂੰ ਦੇਖਿਆ ਸੁਣਿਆ ਹੋਣਾ ਕਿਤੇ ਨਾ ਕਿਤੇ ਮਿਲੇ ਹੋਣਗੇ ਤੁਸੀਂ ਇਲੈਕਸ਼ਨਸ ਜਿਹੜੀਆਂ ਨਾਮਿਨੇਸ਼ਨਸ ਦੇ ਵਿੱਚ ਵੀ ਕਿਸੇ ਨਾ ਕਿਸੇ ਰੂਪ ਦੇ ਵਿੱਚ ਇਨਵੋਲਵ ਰਹੇ ਹੋ ਪਿਛਲੇ ਸਮੇਂ ਦੇ ਵਿੱਚ ਬ੍ਰੈਮਟਨ ਦੀ ਜਿਹੜੀ ਸਿਆਸਤ ਹੈ ਉਹਦੇ ਵਿੱਚ ਆਉਣ ਦਾ ਮਨ ਕਿੱਥੋਂ ਬਣਿਆ ਉਤੇ ਵਿੱਚ ਮੈਂ ਇਸ ਤਰ੍ਹਾਂ ਸੀ ਕੋਈ ਪਹਿਲਾਂ ਮਨ ਸੀ ਵੀ ਬਈ ਆ ਸੋਚਦਾ ਸੀਗਾ ਵੀ ਜੋ ਕੁਝ ਹੋ ਰਿਹਾ ਬ੍ਰੈਂਟਨ ਦੇ ਵਿੱਚ ਪਿਛਲੇ 4 ਸਾਲਾਂ ਤੋਂ ਜਿਹੜੀ ਬ੍ਰੈਂਟਨ ਦੀ ਕਾਉਂਸਲ ਹੈ ਉਹਨੇ ਆਪਣੀਆਂ ਜ਼ਿੰਮੇਵਾਰੀਆਂ ਨਿਭਾਈਆਂ ਨੇ ਤੇ ਸਿਟੀ ਦੇ ਵਿੱਚ ਕਰਪਸ਼ਨ ਸਿਟੀ ਚ ਕ੍ਰਾਈਮ ਡਿਵੈਲਪਮੈਂਟ ਨਹੀਂ ਹੋਈ ਬਹੁਤ ਸਾਰੀਆਂ ਗੱਲਾਂ ਨੂੰ ਲੈ ਕੇ ਨਾ ਮੇ ਮੇ ਸੈਕੰਡ ਨੂੰ ਨਾਮੀਨੇਸ਼ਨਸ ਓਪਨ ਹੁੰਦੀਆਂ ਨੇ ਮਿਊਨਿਸਪਲ ਇਲੈਕਸ਼ਨ ਦਾ ਬਿਗਲ ਵੱਜਦਾ ਤੇ ਮੈਂ 3 ਮਹੀਨੇ ਵੇਟ ਕੀਤੀ ਜੀ ਮੇ ਜੂਨ ਜੁਲਾਈ ਤੇ ਕੋਈ ਵੀ ਵਿਅਕਤੀ ਆਪਣੀ ਕਮਿਊਨਿਟੀ ਚੋਂ ਕੋਈ ਸਹਿਰਦ ਵਿਅਕਤੀ ਨਹੀਂ ਆਇਆ ਤੇ ਫਿਰ ਮੈਂ ਆਪਣੇ ਪਰਿਵਾਰ ਦੇ ਨਾਲ ਆਪਣੇ ਕਮਿਊਨਿਟੀ ਦੇ ਕੁਝ ਲੋਕਾਂ ਦੇ ਨਾਲ ਜਿੰਨੇ ਮੇਰੇ মিডিਏ ਦੇ ਤੁਸੀਂ ਨਾਲ ਹਰ ਵੇਲੇ ਮੇਰੇ ਚੱਲਦੇ ਤੇ ਗੱਲਬਾਤ ਜਦੋਂ ਹੋਈ ਤੇ ਫਿਰ ਅਸੀਂ ਕਿਹਾ ਵੀ ਜੇ ਕੋਈ ਨਹੀਂ ਆਉਂਦਾ ਤੇ ਫਿਰ 4 ਅਗਸਤ ਨੂੰ ਹਜਿੰਦਰ ਜੀ ਮੈਂ ਫਿਰ ਪੇਪਰ ਫਾਈਲ ਕੀਤੇ ਆਪਣੇ ਕਮਿਊਨਿਟੀ ਦਾ ਕੋਈ ਵਿਅਕਤੀ ਨਹੀਂ ਸੀ ਉਦੋਂ ਜਦੋਂ ਮੈਂ ਪੇਪਰ ਫਾਈਲ ਕੀਤੇ ਹਨ ਤੇ ਫਿਰ ਚੈਲੰਜ ਨੂੰ ਲੈ ਕੇ ਅੱਗੇ ਚੱਲੇ ਵੀ ਕਿਉਂ ਨਹੀਂ ਅਸੀਂ ਆਪਣਾ ਸਾਡਾ ਸ਼ਹਿਰ ਹੈ ਐਡੀ ਵੱਡੀ ਸਾਡੀ ਪਾਪੂਲੇਸ਼ਨ ਹੈ ਲਿਵਿੰਗ ਇਨ ਕੈਨੇਡਾ ਫੋਰ ਮੋਰ ਥੈਨ 34 ইয়ার্স ਤੇ ਸਾਨੂੰ ਕੱਲੀ-ਕੱਲੀ ਗੱਲ ਦਾ ਪਤਾ ਵੀ ਅਸੀਂ ਕਿਉਂ ਨਹੀਂ ਆਪਣਾ ਸ਼ਹਿਰ ਨੂੰ ਸੁਧਾਰ ਸਕਦੇ ਤੇ ਇਸ ਕਰਕੇ ਫਿਰ ਮੈਂ ਮੋਹਰੇ ਆ ਤੇ ਔਰ ਦੂਸਰੀ ਗੱਲ ਇਹ ਹੁੰਦੀ ਹੈ ਕਿ ਤੁਸੀਂ ਕਮਿਊਨਿਟੀ ਦੇ ਵਿੱਚ ਰਿਹਾ ਹਾਂ ਤੁਸੀਂ ਔਨਸਟ ਚਾਹੀਦੇ ਹੋ ਸ਼ਹਿਰ ਦੇ ਵਾਸਤੇ ਲੋਕਾਂ ਦੇ ਲੋਕਾਂ ਦੇ ਵਿੱਚ ਤੁਹਾਡਾ ਪਹਿਲਾਂ ਤੁਹਾਡੀ ਇਮੇਜ ਕਿਹੋ ਜਿਹੀ ਹੈ ਸਾਰਾ ਕੁਝ ਦੇਖ ਕੇ ਜਦੋਂ ਕਿਹਾ ਕਿ ਕਿਸੇ ਹੋਰ ਨੂੰ ਮੈਂ ਦੇਖਾਂ ਕੋਈ ਆਵੇ ਨਾ ਆਵੇ ਤਾਂ ਫਿਰ ਆਪੀ ਸ਼ੁਰੂਆਤ ਕੀਤੀ ਵੀ ਨਹੀਂ ਵਈ ਉਠੋ ਆਪਣੇ ਸ਼ਹਿਰ ਨੂੰ ਸੰਭਾਲੀਏ ਨਹੀਂ ਤਾਂ ਫਿਰ ਬਹੁਤ ਬੁਰਾ ਹਾਲ ਹੋਏਗਾ ਜੀ ਅੱਜ ਨਹੀਂ ਸੰਭਾਲਿਆ ਤਾਂ ਫਿਰ ਆਉਣ ਵਾਲਾ ਸਮਾਂ ਬੜਾ ਖਤਰਨਾਕ ਹੋ ਸਕਦਾ ਹੈ ਪ੍ਰਿੰਸੀਪਲੀ ਨੂੰ ਆਪਾਂ ਬ੍ਰੈਂਡਰ ਦੀ ਗੱਲ ਕਰਦੇ ਆਂ ਤਾਂ ਆਪਾਂ ਇੱਕ ਡਾਈਵਰਸਿਟੀ ਹੈ ਵੱਖ-ਵੱਖ ਭਾਸ਼ਾਵਾਂ ਵਾਲ ਨੂੰ ਵੱਖ-ਵੱਖ ਧਿਆਨ ਨੂੰ ਵੱਖ-ਵੱਖ ਕਿਸਾਨ ਨੂੰ ਵੱਖ-ਵੱਖ ਬੋਲਣ ਵਾਲੇ ਗੈਣ ਵਾਲੇ ਵਸਣ ਵਾਲੇ ਲੋਕ ਜਿਹੜੇ ਇਥੇ ਰਹਿੰਦੇ ਨੇ ਆ ਵੀ ਲੱਗਦਾ ਹੈ ਕਿ ਇੱਥੇ ਆਪਾਂ ਜਿੱਥੇ ਪੰਜਾਬੀਆਂ ਦੀ ਹੋਰਤ ਮਗਰਾਂ ਦਾ ਪੂਰੀ ਟੋਰ ਹੈ ਸਿਆਸੀ ਤੌਰ ਦੇ ਤੇ ਜਦੋਂ ਅਸੀਂ ਦੇਖਦੇ ਹਾਂ ਕਿ ਸਿਰਫ ਸਾਡੇ ਦੋ ਹੀ ਬੰਦੇ ਐਕਸ ਦੀ ਕਮਿਊਨਿਟੀਜ਼ ਦੇ ਵਿੱਚੋਂ ਪਿਛਲੇ ਰੰਮੇ ਜਿਹਾ ਸਾਨੂੰ ਦੇਖਣ ਨੂੰ ਮਿਲਦੇ ਨੇ ਪਹਿਲਾਂ ਤਾਂ ਇੱਕੋ ਹੀ ਨੂੰ ਕੋਈ ਸਮਝਦਾਰ ਆਰਕੀਟੈਕਟ ਨੇ ਇਹ ਗੱਲ ਵੀ ਕਿਹਾ ਕਿ ਲੋਗਰਾਂ ਨੇ ਜਦੋਂ ਵਾਇਸ ਤੇ ਉਹ ਦੋ ਚੇਲੇ ਕਰਤਾ ਗਏ ਪਰ ਕਿਸੇ ਨਾ ਕਿਸੇ ਰੂਪ ਚ ਲੋਕ ਫਿਰ ਵੀ ਨਿਰਾਸ਼ ਦੇ ਨਰਾਜ਼ ਲੱਗੇ ਬੰਗਵਾਤ ਉਹ ਵੀ ਸੈਟੀਸਫਾਈنگ ਲੱਗੇ ਕਿਤੇ ਕਿਤੇ ਕੁਝ ਸੱਚੀ ਨੀਆ ਬਾੜੀਆਂ ਜਿਵੇਂ ਆ ਉਹ ਵੀ ਗੱਲਾਂ ਚੱਲੀਆਂ ਪਲੱਸ ਕਰੋ ਜੇ ਉਹਨਾਂ ਤੋਂ ਹੁਣਾ ਪ੍ਰੋਪੋਸ਼ਨ ਦੇ ਲਈ ਆਪਣੀ ਕਮਿਊਨਿਟੀ ਵਾਈਜ਼ ਪੋਪੂਲੇਸ਼ਨ ਵਾਈਜ਼ ਦੇਖੀ ਉਹਨਾਂ ਨੂੰ ਵੀ ਲੱਗਦਾ ਕਿ ਅਜੇ ਵੀ ਇਸੇ ਪਰ ਇੱਕ ਪਾਸੇ ਇਹ ਗੱਲ ਨੂੰ ਵੀ ਲੱਗਦਾ ਕਿ ਸਾਡੇ ਲੋਕ ਤਾਂ ਹੋਣੇ ਨਹੀਂ ਚਾਹੀਦੇ ਵੀ ਆਪਣੇ ਪੰਜਾਬੀ ਜਾਂ ਜਿਹੜੀ ਜਿਹੜੀ ਕਮਿਊਨਿਟੀ ਤੋਂ ਲੀਡਰ ਆਉਂਦੇ ਨੇ ਉਹ ਉਹ ਬੜਾ ਵਧੀਆ ਨਹੀਂ ਨਜ਼ਰ ਆ ਕੇ ਆਣਾ ਤੁਸੀਂ ਇਸ ਬਾਰੇ ਹਰਿੰਦਰ ਜੀ ਕਦੀ ਨੈਗੇਟਿਵ ਨਹੀਂ ਬੰਦੇ ਨੂੰ ਲੈਣਾ ਚਾਹੀਦਾ ਆਲਵੇਜ਼ ਹੈਵ ਟੂ ਪੋਜ਼ਿਟਿਵ ਚੰਗੇ ਕੰਮ ਲਈ ਤੁਸੀਂ ਸ਼ੁਰੂਆਤ ਕਰਦੇ ਹੋ ਨਾ ਤਾਂ ਉਹਦੇ ਵਾਸਤੇ ਪਹਿਲ ਕਦਮ ਕਰਨੀ ਚਾਹੀਦੀ ਆ ਇਹ ਨਹੀਂ ਕਹਿਣਾ ਚਾਹੀਦਾ ਠੀਕ ਹੈ ਜਿਹੜੀ ਕੌਂਸਲ ਸੀ ਉਹ ਡਿਵਾਈਡ ਹੋਈ ਹੈ ਥੇਰ ਇਜ਼ ਨੋ ਡਾਊਟ ਸਾਡੇ ਦੋ ਸਿਟੀ ਕੌਂਸਲਰ ਨੇ ਇੱਕ ਰੀਜਨਲ ਕੌਂਸਲ ਸਿਟੀ ਕੌਂਸਲਰ ਉਹ ਵੀ ਡਿਵਾਈਡ ਨੇ ਤੇ ਹੋਰ ਸਾਰੀ ਕੌਂਸਲ ਡਿਵਾਈਡ ਹੈ ਇਹ ਡਿਵੀਜ਼ਨ ਕਰਕੇ ਹੀ ਜਿਹੜੀ ਸ਼ਹਿਰ ਦੀ ਗਰੋ ਨਹੀਂ ਹੋ ਸਕੀ ਹੈ ਨਾ ਤੇ ਉਹ ਜੇ ਅਸੀਂ ਕਹੀਏ ਵੀ ਅ ਅੱਗੇ ਕਿਸੇ ਨਹੀਂ ਆਉਣਾ ਚਾਹੀਦਾ ਜਾਂ ਆਉਣਾ ਚਾਹੀਦਾ ਉਹਨੂੰ 네ਗੇਟਿਵ ਨਹੀਂ ਲੈਣਾ ਚਾਹੀਦਾ ਸਾਡੀ ਬੜੀ ਵੱਡੀ ਪਾਪੂਲੇਸ਼ਨ ਆ ਨਾਲੇ ਮੈਂ ਜੇ ਮੇਅਰ ਬਣਦਾ ਮੈਂ ਕਿਹੜਾ ਕੱਲਾ ਪੰਜਾਬੀਆਂ ਲਈ ਬਣਦਾ ਮੈਂ ਕਿਹੜਾ ਕੱਲਾ ਸਾਊਥ ਏਸ਼ੀਅਨ ਭਾਈਚਾਰੇ ਭਾਈਚਾਰੇ ਲਈ ਬਣਦਾ ਸਾਰਿਆਂ ਵਾਸਤੇ ਬਣਦਾ ਆਲ ਬ੍ਰਾਮਟੋਨੀਅਨ ਲਈ ਬਣਦਾ ਨਾ ਤੁਸੀਂ ਇਹ ਇਹ ਗੱਲ ਸੋਚੋ ਕਿ ਅਸੀਂ ਕਿੱਦਾਂ ਬੈਟਰ ਸਰਵ ਕਰ ਸਕਦੇ ਆ ਜਿੱਥੇ ਆਪਣੀ ਕਮਿਊਨਿਟੀ ਨੂੰ ਸਰਵ ਕਰੀਏ ਪਤਾ ਵਧੀਆ ਉਸ ਦੇ ਨਾਲ ਇਹ ਦੂਸਰੀ ਜਿਹੜੀ ਕਮਿਊਨਟੀਆਂ ਨੇ ਉਹਨਾਂ ਨੂੰ ਵੀ ਵਧੀਆ ਹੀ ਸਰਵ ਕਰ ਸਕੀਏ ਇਹ ਹਮੇਸ਼ਾ ਸਾਨੂੰ ਆਪਣੇ ਆਪ ਨੂੰ ਪੋਜ਼ਿਟਿਵ ਰੱਖਣਾ ਚਾਹੀਦਾ ਹੈ ਕਿ ਅਸੀਂ ਵਧੀਆ ਕੰਮ ਕਰ ਸਕਦੇ ਹਾਂ ਕਿ ਕਿੱਡੇ-ਕੱਡੇ ਵੱਡੇ ਅਸੀਂ ਬਿਜ਼ਨਸ ਖੜੇ ਕੀਤੇ ਆ ਠੀਕ ਹੈ ਨਾ ਤੇ ਵਾਈ ਨਾਟ ਬੀ ਕਰ ਰਨ ਬ੍ਰੈਂਪਟਨ ਰਾਈਟ ਬਣਾ ਸਕਦੇ ਕਿਉਂ ਨਹੀਂ ਬਣਾ ਸਕਦੇ ਜੀ ਰਾਈਟ ਅੱਛਾ ਜਦੋਂ ਹੁਣ ਡੋਰ ਨਾਕਿੰਗ ਤੇ ਜਾਂਦੇ ਹਾਂ ਤੁਹਾਨੂੰ ਕੀ ਲੱਗਦਾ ਕਿ ਜ਼ਿਆਦਾ ਮਸਲੇ ਸਿਰਫ ਕਹ ਲਈਏ ਵੀ ਇੱਕ ਤਰ੍ਹਾਂ ਦੇ ਸਵਾਲ ਜਿਹੜੇ ਜਾਂ ਜਵਾਬ ਜਾਂ ਕਨਸਰਨਸ ਨੇ ਉਹ ਆ ਰਹੇ ਨੇ ਕਿ ਜਾਂ ਅਲੱਗ-ਅਲੱਗ ਤਰ੍ਹਾਂ ਦੀਆਂ ਪ੍ਰੋਬਲਮਜ਼ ਸੁਣਨ ਨੂੰ ਆ ਰਹੀਆਂ ਨੇ ਜ਼ਿਆਦਾ ਕ੍ਰਾਈਮ ਦਾ ਗੱਲ ਅੱਛਾ ਕਿਉਂਕਿ ਜਿਹੜਾ ਕ੍ਰਾਈਮ ਆ ਉਤੋਂ ਪ੍ਰਭਾਵਿਤ ਹਰ ਇੱਕ ਵਿਅਕਤੀ ਹੈ ਹਾਂਜੀ ਹਰ ਇੱਕ ਵਿਅਕਤੀ ਨੂੰ ਇਹ ਲੱਗਦਾ ਕਿ ਯਾਰ ਪਤਾ ਨਹੀਂ ਕੀ ਹੋਣਾ ਇਹਦੀ ਮੇਰੀ ਗੱਡੀ ਨਾ ਚੋਰੀ ਹੋ ਜਾਏ ਕਿਤੇ ਮੈਂ ਬਾਜ਼ਾਰ ਕਰਨ ਗਿਆ ਮੈਨੂੰ ਕੋਈ ਲੁੱਟ ਨਾ ਲਵੇ ਮੈਂ ਸਟੋਰ ਤੋਂ ਗ੍ਰੋਸਰੀ ਕਰਕੇ ਆ ਮੈਨੂੰ ਲੁੱਟ ਨਾ ਲਵੇ ਇੱਕ ਦਿਨ ਸੋਚਿਆ ਨਹੀਂ ਸੀ ਵੀ ਇੰਨਾ ਕ੍ਰਾਈਮ ਹੋਏਗਾ ਜਾਦਾ ਲੋਕ ਕ੍ਰਾਈਮ ਤੋਂ ਦੁਖੀ ਨੇ ਦੂਸਰਾ ਜਿਹੜਾ ਸਿਸਟਮ ਹੈ ਸਾਡਾ ਸਿਟੀ ਹਾਲ ਦਾ ਜਿਹੜਾ ਕਿ ਪੈਸਾ ਸਾਡਾ ਮਿਸਯੂਜ਼ ਹੋ ਰਿਹਾ ਸਿਸਟਮ ਹੀ ਸਾਰਾ ਖਰਾਬ ਹੋਇਆ ਹੋਇਆ ਹੈ ਨਾ ਕੁਝ ਲੋਕਾਂ ਨੇ ਸਿਟੀ ਹਾਲ ਨੂੰ ਸੰਭਾਲਿਆ ਹੋਇਆ ਤੇ ਉਹ ਆਪਣੀ ਮਰਜ਼ੀਆਂ ਕਰ ਰਹੇ ਨੇ ਜੋ ਜਿਹੜੇ ਕੰਮ ਕਰਪਸ਼ਨ क्राइम ਤੇ ਬ੍ਰਾਂਟਨ ਨੂੰ ਹਸਪੀਟਲ ਚਾਹੀਦਾ ਤੇ ਬ੍ਰਾਂਟਨ ਵਿੱਚ ਯੂਨੀਵਰਸਿਟੀ ਨਹੀਂ ਆਈ ਆਉਣ ਤੋਂ ਪਹਿਲਾਂ ਹੀ ਜਿਹੜੇ ਕਪਲੇ ਹੋਣੇ ਸ਼ੁਰੂ ਹੋ ਗਏ ਉਹ ਲੋਕਾਂ ਦੇ ਕੰਸਰਨ ਹੈਗੇ ਨੇ ਠੀਕ ਆ ਤੀਸਰਾ ਕੰਸਰਨ ਇਹ ਆ ਕਿ ਬ੍ਰਾਂਟਨ ਦੇ ਵਿੱਚ ਆਮ ਵਿਅਕਤੀ ਸਾਡੇ ਨਾਲ ਹਰ ਵੇਲੇ ਗੱਲ ਕਰਦਾ ਕਿ ਐਨੇ ਮੈਰੋਵਨ ਦਾ ਸਟੋਰ ਕਿਉਂ ਖੁੱਲ ਗਿਆ ਠੀਕ ਹੈ ਨਾ ਉਹ ਵੀ ਕੌਂਸਲ ਨੇ ਪਾਸ ਕੀਤੇ ਹਾਂਜੀ ਉਹ ਮਿਸਾਕਾ ਕਿਉਂ ਨਹੀਂ ਖੁੱਲੇ ਰਾਈਟ ਵਾਂਚ ਕਿਉਂ ਨਹੀਂ ਖੁੱਲੇ ਕਿਉਂ ਨਹੀਂ ਹੋਰ ਕਿਤੇ ਖੁੱਲੇ ਮਿਸਾਕਾ ਦੀ ਬ੍ਰਾਂਟਨ ਦੀ ਕੌਂਸਲ ਨੇ ਪਾਸ ਕੀਤੇ ਕਰਕੇ ਖੁੱਲੇ ਨਸ਼ਾ ਤੇ क्राइम ਟੁਗੈਦਰ ਹੈ ਆਮ ਨੋਰਮਲ ਬੰਦਾ 100 ਵਾਰ ਸੋਚੂਗਾ ਕਿ ਮੈਂ ਕ੍ਰਾਈਮ ਕਰਨਾ ਮੈਨੂੰ ਇਹਦਾ ਕੀ ਨੁਕਸਾਨ ਹੋ ਸਕਦਾ ਹੁਣ ਉਹ ਇੰਨੇ 51 ਲਾਇਸੈਂਸ ਬ੍ਰੈਂਪਟਨ ਚ ਮਿਲੇ ਆ ਉਹ ਲੋਕਾਂ ਦੇ ਮੂਰੇ ਇੱਕ ਚੈਲੰਜ ਆ ਵੱਡਾ ਵੀ ਆਉਣ ਵਾਲੇ ਸਮੇਂ ਚ ਬ੍ਰੈਂਪਟਨ ਦਾ ਬਣੇਗਾ ਕੀ ਜੀ ਜਿਆਦਾ ਲੋਕ ਉਹੀ ਕ੍ਰਾਈਮ ਤੋਂ ਦੁਖੀ ਨੇ ਹੁਣ ਕ੍ਰਾਈਮ ਨੂੰ ਕਿਵੇਂ ਠੱਲ ਪਾਉਣੀ ਆ ਉਹ ਮੇਰੀ ਪਲਾਨ ਹੈਗੀ ਰਾਈਟ ਉਹਦੇ ਜਾ ਕੇ ਅੱਗੇ ਅੱਗੇ ਗੱਲ ਕਰਾਂਗੇ ਜੀ ਸੋ ਦੋਸਤੋ ਬ੍ਰੈਂਪਟਨ ਤੋਂ ਮੇਅਰ ਦੇ ਅਦਰ ਰੇਸ ਦੇ ਵਿੱਚ ਜਿਹ ਮੇਰਲ ਕੈਂਡੀਡੇਟ ਦੇ ਤੌਰ ਤੇ ਬਾਬ ਦਸਾਂਜ ਸਿੰਘ ਹੋਰੀ ਅ ਇਸ ਵੇਲੇ ਸਾਡੇ ਨਾਲ ਗੱਲਬਾਤ ਕਰ ਰਹੇ ਨੇ ਲੰਬੇ ਸਮੇਂ ਤੋਂ ਕਮਿਊਨਿਟੀ ਦੇ ਵਿੱਚ ਵਿਚਰਦੇ ਆ ਰਹੇ ਨੇ ਅੱਛਾ ਬਾਬੂ ਜੀ ਇੱਕ ਜੇ ਆਪਾਂ ਹੁਣ ਓਪਨਲੀ ਗੱਲ ਕਰੀਏ ਤਾਂ ਜਿਹੜੇ ਚੈਲੰਜੇਜ਼ ਨੇ ਤੁਹਾਨੂੰ ਜੇ ਤੁਸੀਂ ਦੱਸਣਾ ਹੋਵੇ ਜਿਹੜਾ ਸਪੈਸਿਫਿਕਲੀ ਜੇ ਤੁਸੀਂ ਆਪਣੇ ਆਪ ਤੇ ਕੇਂਦਰਿਤ ਕਰਕੇ ਗੱਲ ਕਰੋ ਤਾਂ ਜਿਹੜੀ ਅਸੀਂ ਵੀ ਮੀਡੀਆ 'ਚ ਹੁੰਦੇ ਹੋਏ ਸਾਨੂੰ ਵੀ ਕਿਸੇ ਨਾ ਕਿਸੇ ਰੂਪ 'ਚ ਗਾਹੇ-ਬਗਾਹੇ ਔਨ ਔਨ ਦੀ 에ਅਰ ਜਾਂ ਆਫ ਦੀਅਰ ਵੀ ਕਿਤੇ ਲੋਕਾਂ ਨੇ ਇਹ ਸਵਾਲ ਪੁੱਛਣ ਦੀ ਕੋਸ਼ਿਸ਼ ਕੀਤੀ ਤੇ ਮੈਂ ਸਮਝਦਾ ਕਿ ਅੱਜ ਤੁਸੀਂ ਔਨ 에ਅਰ ਆਏ ਹੋ ਸਾਡੇ ਨਾਲ ਸਟੂਡੀਓ ਦੇ ਵਿੱਚ ਬੈਠੇ ਹੋ ਲੈਂਗੁਏਜ ਨੂੰ ਲੈ ਕੇ ਕਈ ਲੋਕ ਬੜੇ ਬਰੜ ਨੇ ਉਹ ਕਹਿੰਦੇ ਕਿ ਯਾਰ ਬਾਬ ਦਸਾਂਝ ਹੋਰਾਂ ਦੀ ਜਿਹੜੀ ਫਰਸਟ ਲੈਂਗੁਏਜ ਆ ਉਹ ਇੰਗਲਿਸ਼ ਨਹੀਂ ਹੈ ਲੇਕਿਨ ਇੰਗਲਿਸ਼ ਚ ਕਮਿਊਨੀਕੇਟ ਕਰਨਾ ਜਾਂ ਉੱਥੇ ਗੱਲਬਾਤ ਕਰਨਾ ਮੁਸ਼ਕਲ ਹੋਏਗਾ ਇਸ ਗੱਲ ਨੂੰ ਤੁਸੀਂ ਪਿਛਲੇ ਦਿਨੀ ਇੱਕ ਵੀਡੀਓ ਵੀ ਪਾ ਕੇ ਬੜਾ ਬਾਕੂਬੀ ਆਪਣੇ ਵੱਲੋਂ ਕਵਰ ਕੀਤਾ ਸੀ ਦੱਸਿਆ ਸੀ ਸਾਡੇ ਸਰੋਤੇ ਵੀ ਸੁਣਨਾ ਚਾਹੁੰਦੇ ਹੋਣਗੇ ਇਸ ਬੈਰੀਅਰ ਨੂੰ ਕਿਵੇਂ ਦੇਖਦੇ ਹੋ ਦੇਖੋ ਜੇ ਲੋਕ ਇਹ ਸੋਚਦੇ ਨੇ ਨਾ ਫਿਰ ਉਹ ਮੇਰੇ ਹਿਸਾਬ ਦੇ ਨਾਲ ਜੇ ਅਸੀਂ ਪਿੱਛੇ ਜਾਓ ਮੈਂ ਤਾਂ ਮੇਰੀ ਵੀਡੀਓ ਵੀ ਸਾਰਿਆਂ ਨੇ ਦੇਖੀ ਹੈ ਨਾ ਤੇ ਜੇ ਕੋਈ ਆਪਾਂ ਬਿਜ਼ਨਸ ਵੀ ਰਨ ਕਰਦੇ ਆਂ ਕੁਝ ਵੀ ਆਪਾਂ ਕਰਦੇ ਆ ਤੁਹਾਨੂੰ ਲੈਂਗੁਏਜ ਦੀ ਪ੍ਰੋਬਲਮ ਉੱਥੇ ਆਉਂਦੀ ਆ ਪਰ ਫਿਰ ਤੁਸੀਂ ਬਿਜ਼ਨਸ ਨਹੀਂ ਆਪਣਾ ਰਨ ਕਰਦੇ ਜੀ ਸਿਟੀ ਕਿਤੇ ਮੈਂ ਇਕੱਲੇ ਰਨ ਥੋੜੀ ਕਰਨਾ ਜੀ ਮੇਰੀਆਂ ਪਾਲਿਸੀਜ਼ ਵਧੀਆ ਹੋਣੀਆਂ ਚਾਹੀਦੀਆਂ ਨੇ ਠੀਕ ਹੈ ਨਾ ਤੇ ਜੇ ਤੁਸੀਂ ਪਾਲਿਸੀਜ਼ ਵਧੀਆ ਔਨੈਸਟੀ ਨਾਲ ਕੰਮ ਕਰਦੇ ਹੋ ਤੁਹਾਡਾ ਸਾਰਾ ਜਿਹੜੀ ਕਾਉਂਸਲ ਤੁਹਾਡੇ ਨਾਲ ਰਲ ਕੇ ਕੰਮ ਕਰਦੀ ਆ ਤੁਹਾਡਾ ਸਟਾਫ ਜਿਹੜਾ ਇਮਾਨਦਾਰੀ ਨਾਲ ਕੰਮ ਕਰਦਾ ਮੈਂ ਇਸ ਕਾਲ ਨੂੰ ਨਹੀਂ ਦੇਖਦਾ ਤੁਸੀਂ ਜੋ ਬੈਕ ਬਹੁਤ سارے ਲੋਕ ਮੈਂ ਆਧਾਰਨਾ ਦੇ ਸਕਦਾ ਪਰ ਆਪਣੇ ਕੋਲ ਨਾ ਸਮਾਂ ਨਹੀਂ ਹੈ ਉਸ ਗੱਲ ਨੂੰ ਲੈ ਕੇ ਜੇ ਤੁਸੀਂ ਲੈਣੇ ਹੋ ਚਲੋ ਠੀਕ ਹੈ ਮੈਂ ਕਹਿੰਦਾ ਚਲੋ ਜੇ ਲੋਕਾਂ ਦੀ ਮੰਨ ਚ ਗੱਲ ਹੈਗੀ ਆ ਦੇਖਣ ਕੰਟੈਕਟ ਮੀ ਐਨੀ ਟਾਈਮ ਦੇਖਣ ਕਾਲ ਮੀ ਐਨੀ ਟਾਈਮ ਦੇਖਣ ਆਸਕ ਮੀ ਐਨੀ ਕੁਐਸਚਨ ਇਫ ਦੇ ਵਾਂਟ ਬਟ ਜਿਹੜੇ ਲੋਕ ਉਥੇ ਪੜੇ ਲਿਖੇ ਤੁਸੀਂ ਲੈ ਕੇ ਆਂਦੇ ਹੋ ਉਹ ਕ੍ਰਾਪਸ਼ਨ ਕਰ ਰਹੇ ਨੇ ਉਹ ਰਲ ਕੇ ਸ਼ਹਿਰ ਨੂੰ ਖਾ ਰਹੇ ਨੇ ਸਿਟੀ ਇਨਸਾਈਡਰ ਲੋਕ ਜਿਹੜੇ ਅਸੀਂ ਦੇਖੇ ਨੇ ਆਲਰੇਡੀ ਹੁਣ ਇਲੈਕਸ਼ਨ ਲੜ ਰਹੇ ਨੇ ਉਹਨਾਂ ਨੇ ਜੇ ਜ਼ਿਆਦਾ ਪੜੇ ਲਿਖੇ ਹੋਣ ਦਾ ਆਪਣਾ ਸਬੂਤ ਇਹ ਦੇ ਦਿੱਤਾ ਕਿ ਉਹ ਨਹੀਂ ਪੈਸਾ ਸਾਡਾ ਇਹਨਾਂ ਵੇਸਟ ਕੀਤਾ ਮੈਂ ਵਾਦਾ ਕਰਦਾ ਲੈਂਗੁਏਜ ਦੀ ਕੋਈ ਪ੍ਰੋਬਲਮ ਨਹੀਂ ਓਨੈਸਟ ਵਿਅਕਤੀ ਹਾਂ ਕੋਈ ਕਿਸੇ ਦਾ ਪੈਸਾ ਇੱਕ ਵੀ ਵੇਸਟ ਨਹੀਂ ਕੀਤਾ ਜਾਏਗਾ ਸ਼ਹਿਰ ਦੇ ਵਿੱਚ ਤੁਹਾਡਾ ਦਿੱਤਾ ਹੋਇਆ ਟੈਕਸ ਪੇਅਰ ਦਾ ਮਨੀ ਕਿਤੇ ਕਿਤੇ ਵੇਸਟ ਨਹੀਂ ਹੋਏਗਾ ਔਰ ਕੰਮ ਲੋਕਾਂ ਦੇ ਕੀਤੇ ਜਾਣਗੇ ਸਭ ਤੋਂ ਵੱਡੀ ਗੱਲ ਤੇ ਇਹ ਹੈ ਨਾ ਹਾਂਜੀ ਹੈ ਨਾ ਜੇ ਯੂ ਸੀ ਸੇ ਦੱਟ ਉਹ ਲੋਕਾਂ ਦੇ ਕੋਲੇ ਕੀ ਹੁੰਦਾ ਕੁਝ ਲੋਕ ਤੁਹਾਡੇ ਜਿਹੜੇ ਹੁੰਦੇ ਲੇਕ ਜਿਹੜੇ ਲੋਕੇ ਤੁਹਾਨੂੰ ਲਾਈਕ ਨਹੀਂ ਕਰਦਾ ਤੁਹਾਨੂੰ ਵੀ ਕਈ ਲਾਈਕ ਨਹੀਂ ਕਰਦੇ ਮੈਨੂੰ ਵੀ ਕਈ ਲਾਈਕ ਨਹੀਂ ਕਰਦੇ ਆਪਾਂ ਕਿੰਨੇ ਚਿਰ ਤੋਂ ਇਹ ਸਪੀਡ ਦੇ ਵਿੱਚ ਆ ਤੁਸੀਂ ਰੇਡੀਓ ਦੇ ਕੋਈ ਗੱਲ ਕਰਤੀ ਤੁਹਾਨੂੰ 15 ਫੋਨ ਆਉਣੇ ਜੈਸ ਦੇ ਵਿੱਚ ਪੰਜ ਫੋਨ ਆਉਣੇ ਯਾਰ ਇਹ ਗੱਲ ਸਹੀ ਨਹੀਂ ਸੀ ਅੱਛਾ ਇਸ ਗਿਵਨ ਟੇਕ ਗਲਾਸ ਅੱਧਾ ਭਰਿਆ ਦੇਖੋ ਅੱਧਾ ਖਾਲੀ ਨਾ ਦੇਖੋ ਤੁਸੀਂ ਇਹ ਦੇਖੋ ਬੰਦੇ ਦੇ ਬੰਦੇ ਨੇ ਪਿੱਛੇ ਕੰਮ ਕੀ ਕੀਤੇ ਨੇ ਕੀ ਇਹ ਔਨੈਸਟੀ ਦੇ ਨਾਲ ਆਪਣੇ ਸ਼ਹਿਰ ਨੂੰ ਚਲਾ ਸਕਦਾ ਮੈਂ ਨਹੀਂ ਕਹਿੰਦਾ ਮੈਨੂੰ ਵੋਟ ਪਾਓ ਮੈਂ ਕਹਿੰਦਾ ਤੁਸੀਂ ਕੰਪੇਅਰ ਕਰੋ ਰਾਈਟ ਜਿਹੜਾ ਵਿਅਕਤੀ ਕੋਈ ਵੀ ਇਲੈਕਸ਼ਨ ਲੜ ਰਿਹਾ ਕੋਈ ਵੀ ਸਿਟੀ ਕਾਉਂਸਲਰ ਆ ਮੇਰ ਆ ਕੋਈ ਵੀ ਉਹਨੂੰ ਦੇਖੋ ਕੋਈ ਦੀ ਬੈਕਗ੍ਰਾਉਂਡ ਕੀ ਆ ਉਹਦੇ ਪਿੱਛੇ ਕਿਹੜੇ ਲੋਕ ਨੇ ਕੱਲੋਂ ਤੁਸੀਂ ਉਹਨਾਂ ਨੂੰ ਵੋਟਾਂ ਪਾ ਕੇ ਜਿਤਾਉਂਦੇ ਹੋ ਤਾਂ ਸ਼ਹਿਰ ਨੂੰ ਤੁਹਾਡੇ ਨੂੰ ਕੰਟਰੋਲ ਕੌਣ ਕਰੇਗਾ ਦੇਖਣ ਵਾਲੀ ਗੱਲ ਇਹ ਹੈ ਰਾਈਟ ਅੱਛਾ ਕਈ ਲੋਕ ਇਹ ਵੀ ਸੋਚਦੇ ਨੇ ਕਿ ਕੋਈ ਤੁਹਾਡੇ ਕੋਲ ਸਿਟੀ ਨਾਲ ਰਿਲੇਟਡ ਪਹਿਲਾਂ ਕੋਈ ਐਕਸਪੀਰੀਅੰਸ ਨਹੀਂ ਹੈ ਤੁਸੀਂ ਮੇਰਲ ਤੌਰ ਤੇ ਹੀ ਆ ਗਏ ਹੋ ਸਿੱਧੇ ਪਹਿਲਾਂ ਕਾਉਂਸਲਰ ਦੇ ਤੌਰ ਤੇ ਰੀਜਨਲ ਕਾਉਂਸਲਰ ਤੌਰ ਤੇ ਜਾਂ ਸਕੂਲ ਡਿਰੈਕਟਰੀ ਤੌਰ ਤੇ ਕਈਆਂ ਨੇ ਇਹ ਵੀ ਸਵਾਲ ਕੀਤਾ ਕਿ ਆਪਾਂ ਇਹ ਚੀਜ਼ ਨੂੰ ਪਰ ਜਿਨ੍ਹਾਂ ਕੋਲ ਐਕਸਪੀਰੀਅੰਸ ਹੈ ਉਹਨਾਂ ਨੇ ਸਕੈਂਡਲ ਕੀਤੇ ਉਹਨਾਂ ਨੇ ਤੁਹਾਡੇ ਦਿੱਤਾ ਹੋਇਆ ਪੈਸਾ ਵੇਸਟ ਕੀਤਾ ਠੀਕ ਹੈ ਤੇ ਮੈਂ ਪੈਸੇ ਦੀ ਖਾਤਰ ਤੇ ਚੱਲੇ ਆ ਨਹੀਂ ਸਿਟੀ ਹਾਲ ਚ ਮੈਂ ਤਾਂ ਸੈਟ ਲਾਂ ਮੇਰੇ ਬੱਚੇ ਸੈਟ ਨੇ ਫਾਈਨੈਂਸ਼ਲੀ ਮੈਂ ਠੀਕ ਆ ਆਮ ਨੋ ਗੋਇੰਗ ਫॉर ਮਨੀ ਆ ਵਾਂਟ ਟੂ ਸਰਵ ਪੀਪਲ ਜਦੋਂ ਤੁਹਾਡੇ ਮਨ ਦੇ ਵਿੱਚ ਇਹ ਹੈ ਕਿ ਮੇਰਾ ਵਿਜ਼ਨ ਹੈ ਕਿ ਮੈਂ ਲੋਕਾਂ ਨੂੰ ਸਰਵ ਵਧੀਆ ਕਰਨਾ ਉੱਥੇ ਸਿਸਟਮ ਆਲਰੇਡੀ ਬਣਿਆ ਹੋਇਆ ਉਹਨੂੰ ਸੁਧਾਰਨ ਦੀ ਲੋੜ ਹੈ ਬੌਬ ਨੇ ਜਾ ਕੇ ਕੋਈ ਵੱਖਰਾ ਸਿਸਟਮ ਨਹੀਂ ਬਣਾਉਣਾ ਹੈ ਸਿਸਟਮ ਪਹਿਲਾਂ ਵੀ ਬਣਿਆ ਹੋਇਆ ਹੈ ਹਾਂਜੀ ਪਰ ਉਹ ਸਿਸਟਮ ਨੂੰ ਸੁਧਾਰਨ ਦੀ ਲੋੜ ਹੈ ਸੁਧਾਰਨ ਵਾਸਤੇ ਕਿਸੇ ਚੀਜ਼ ਦੀ ਤੁਹਾਨੂੰ ਲੋੜ ਹੈ ਤੁਸੀਂ ਆਪ ਕੌਨਸਟੋ ਤੁਹਾਡੇ ਨਾਲ ਦੇ ਲੋਕ ਕੌਨਸਟ ਨੇ ਠੀਕ ਹੈ ਨਾ ਜਦੋਂ ਸ਼ਹਿਰ ਦੀ ਜਾਂ ਪਿੰਡ ਦੀ ਹਾਂਜੀ ਪੰਚਾਇਤ ਵਾੜੀ ਖੇਤ ਨੂੰ ਖਾਂਣ ਲੱਗ ਜਾਏ ਉਹ ਸ਼ਹਿਰ ਦਾ ਵੀ ਕੀ ਬਣੇਗਾ ਰਾਈਟ ਉਹ ਸਾਡੇ ਜਿਹੜੇ ਰਿਸਪੌਂਸੀਬਲ ਲੋਕ ਅਸੀਂ ਉਹਨਾਂ ਨੂੰ 4 ਸਾਲ ਬਣਾ ਕੇ ਪਹਿਲਾਂ ਭੇਜਿਆ ਉਹਨਾਂ ਨੇ ਆਪਣੇ ਲੋਕ ਲਿਆ ਕੇ ਬਿਠਾ ਦਿੱਤੇ ਜਿਨ੍ਹਾਂ ਦੇ ਕਿ ਆਲਰੇਡੀ ਪੁਰਾਣੇ ਰੈਕਡ ਵੀ ਉਹਨਾਂ ਦੇ ਉਦਾਂ ਦੇ ਸੀ ਉਹ ਲਿਆ ਕੇ ਉੱਥੇ ਬਿਠਾ ਦਿੱਤੇ ਉਹ ਸ਼ਹਿਰ ਦਾ ਨੁਕਸਾਨ ਕਰ ਰਹੇ ਨੇ ਉਹ ਲੋਕ ਉਥੋਂ ਰਿਮੂਵ ਹੋਣਗੇ 4 ਸਾਲ ਦਾ ਤੁਹਾਡਾ ਜਿਹੜਾ ਲੇਖਾ ਜੋਖਾ ਤੁਸੀਂ ਕੀਤਾ ਕਿਹਨਾਂ ਲੋਕਾਂ ਨੂੰ ਤੁਸੀਂ ਲੱਡੂ ਵੰਡੇ ਉਹ ਆਡਿਟ ਹੋਣਗੇ ਰਾਈਟ ਫਿਰ ਸਾਰਾ ਪਤਾ ਲੱਗੇਗਾ ਨਾ ਵੀ ਬੌਬ ਕੀ ਕਰਦਾ ਤੇ ਕ੍ਰਾਈਮ ਰੋਕਣ ਦੀ ਗੱਲ ਜਿਹੜੀ ਆਪਾਂ ਕਰਦੇ ਲੋਕ ਕਹਿੰਦੇ ਇੱਕਦਮ ਕ੍ਰਾਈਮ ਕਿਦਾਂ ਰੁਕ ਜਾਏਗਾ ਇੱਕਦਮ ਨਹੀਂ ਰੁਕੇਗਾ ਸਟਾਰਟ ਤਾਂ ਹੋਏਗਾ ਨਾ ਕਿਤੇ ਕੀ ਪਿਛਲੇ 4 ਸਾਲਾਂ ਦੇ ਵਿੱਚ ਪੈਟਰਿਕ ਬਰਾਊਨ ਮੇਅਰ ਸਾਡੇ ਨੇ ਉਹਨਾਂ ਨੇ ਲੋਕਾਂ ਦੇ ਨਾਲ ਪੁਲਿਸ ਦੀ ਇੱਕ ਵੀ ਮੀਟਿੰਗ ਕਰਾਈ ਹੈ 400 ਤੋਂ ਵੱਧ ਕਾਰਾਂ ਚੋਰੀ ਹੋ ਰਹੀਆਂ ਪਬਲਿਕ ਨੂੰ ਇਕੱਠੇ ਕਰਕੇ ਪੁੱਛਿਆ ਪੁਲਿਸ ਦੇ ਨਾਲ ਆਪਾਂ ਕਿੱਦਾਂ ਲੜ ਕੇ ਕੰਮ ਕਰ ਸਕੀ ਜਾਂ ਆਪਾਂ ਕਿੱਦਾਂ ਰੋਕ ਸਕਦੇ ਹਾਂ ਮੈਨੂਫੈਕਚਰ ਦੇ ਨਾਲ ਕਿਸੇ ਨੇ ਗੱਲ ਕੀਤੀ ਜਿਹੜਾ ਹੁਣ ਤੁਸੀਂ 1.5 ਲੱਖ ਦੀ ਕਾਰ ਲੈਣੇ ਹੋ ਉਹ ਚ ਤੁਸੀਂ ਇੱਕ 500 ਡਾਲਰ ਦਾ ਸਕਿਉਰਿਟੀ ਡਵਾਈਸ ਨਹੀਂ ਲਾ ਸਕਦੇ ਤੁਹਾਡੀ ਗੱਡੀ ਨਾ ਸਟਾਰਟ ਹੋਵੇ ਗੱਲ ਤਾਂ ਇਹੀ ਹੈ ਨਾ ਜਿਹੜੇ ਹੁਣ ਕਾਰਾਂ ਚੋਰੀ ਹੁੰਦੀਆਂ ਨੇ ਪੁਲਿਸ ਆਉਂਦੀ ਨਹੀਂ ਵਿਅਕਤੀ ਨੂੰ ਤਾਂ ਆਪੇ ਹੀ ਜਿਹੜਾ ਚੋਰ ਆ ਉਹਨੂੰ ਤਾਂ ਹੌਸਲਾ ਹੈਗਾ ਕਿ ਪੁਲਿਸ ਨਾ ਆਉਣਾ ਹੀ ਨਹੀਂ ਇਹ ਗੱਲਾਂ ਕਰਨ ਵਾਲੀਆਂ ਜਿਹੜੀਆਂ ਆਪਾਂ ਕਰ ਸਕਦੇ ਆ ਜੇ ਆਪਾਂ ਹੋਰ ਗੱਲਾਂ ਕਰੀਏ ਪਤਾ ਨਹੀਂ ਕਿਵੇਂ ਕਰੂਗਾ ਆ ਕਰੋ ਨਵੇਂ ਬੰਦੇ ਨੂੰ ਤੁਸੀਂ ਚਾਂਸ ਦੇ ਕੇ ਦੇਖੋ ਜਿਹੜਾ ਔਨੈਸਟ ਚੇਂਜ ਲਿਆਉਣ ਲਈ ਲੋਕ ਲੈ ਕੇ ਆ ਸਕਦੇ ਨੇ ਜੀ ਜੇ ਉਹਨਾਂ ਦੇ ਮਨ 'ਚ ਹੈ ਕਿ ਚੇਂਜ ਲੈ ਕੇ ਆਉਣੇ ਆ ਰਾਈਟ ਅੱਛਾ ਇੱਕ ਚੀਜ਼ ਹੋਰ ਬਾਬਜੀ ਜੇ ਗੱਲ ਕਰੀਏ ਜਿਹੜੀ ਅਬਜ਼ਰਵ ਕਰਦੇ ਹੋਏ ਜਿੱਥੇ ਕਈਆਂ ਨੇ ਸਵਾਲ ਇਸ ਤਰ੍ਹਾਂ ਦੇ ਵੀ ਸੋਚੇ ਹੋਣਗੇ ਜਾਂ ਤੁਹਾਨੂੰ ਵੀ ਇਹ ਸਾਹਮਣਾ ਕਰਨਾ ਪਿਆ ਹੋਣਾ ਕਿ ਤੁਸੀਂ ਆਪਣੇ ਜਿਹੜੇ ਓਪੋਨੈਂਟਸ ਨੇ ਉਹਨਾਂ ਦਾ ਵਿਰੋਧ ਜ਼ਿਆਦਾ ਕਰ ਰਹੇ ਹੋ ਆਪਣੀਆਂ ਪਾਲਿਸੀਆਂ ਘੱਟ ਦੱਸ ਰਹੇ ਹੋ ਜੀ ਦੇਖੋ ਜਿਹੜਾ ਗਲਤ ਕੰਮ ਹੁੰਦਾ ਜਿਵੇਂ ਨਹੀਂ ਕਹੂੰਗਾ ਫਿਰ ਤੋ ਕਹਣਗੇ ਤੂੰ ਹੀ ਉਹ ਹੋ ਜਾ ਹੂੰ ਦੇਖੋ ਮੇਰਾ ਆਉਣ ਦਾ ਕਾਰਨ ਕੀ ਸੀ ਹਾਂਜੀ ਮੈਂ ਤਾਂ ਆਇਆ ਹੀ ਤਾਂ ਆਇਆ ਇਸੀ ਕਰਕੇ ਮੈਂ ਫੈਸਲਾ ਲਿਆ ਕਿ ਮੇਰ ਮੇਰ ਦੀ ਚੋਣ ਮੈਂ ਲੜਾਂ ਕਿ ਜੋ ਕੁਝ ਹੋ ਰਿਹਾ ਉਹ ਗਲਤ ਹੋ ਰਿਹਾ ਉਹ ਪਬਲਿਕ ਰੈਕੋਰਡ ਹੈ ਮੈਂ ਕਿਸੇ ਨੂੰ ਦੇਖੋ ਮੈਂ ਕੋਈ ਆਪਣੇ ਕੋ ਬਣਾ ਕੇ ਤਾਂ ਕਹਿ ਨਹੀਂ ਰਿਹਾ ਇਸ ਆਲਰੇਡੀ ਪਬਲਿਕ ਰੈਕੋਰਡ ਦੇ ਆਲਰੇਡੀ ਨਿਊਜ਼ ਆਇਆ ਹੋ ਜਾਣਾ ਬਾਹਰ ਜੇ ਕਿਤੇ ਕੋਈ ਪੈਸਾ ਵੇਸਟ ਹੋਇਆ ਜਾਂ ਉਥੇ ਖਮ ਖਰਾਬ ਹੋਇਆ ਜਾਂ ਪੈਟਕ ਬਰੌਣ ਨੇ ਆਪਣੇ ਲੋਕਾਂ ਨੂੰ ਲਿਆ ਕੇ ਫਿੱਟ ਕੀਤਾ ਜਿਨ੍ਹਾਂ ਵਿੱਚ ਦੂਸਰਾ ਕੈਂਡੀਡੇਟ ਵੀ ਨਿੱਕੀ ਕੌਰ ਵੀ ਹੈ ਉਹ ਲਿਆ ਕੇ ਬੈਕ ਡੋਰ ਥਾਣੀ ਉਹਨਾਂ ਨੂੰ ਜੌਬਸ ਦਿੱਤੀਆਂ ਨੇ ਗਲਤ ਤਾਂ ਗਲਤ ਹੈ ਨਾ ਜੇ ਨਿੱਕੀ ਕੋਰ ਨੇ 1 ਮਿਲੀਅਨ ਡਾਲਰ ਟੈਕਸ ਪੇਰ ਦਾ ਵੇਸਟ ਕੀਤਾ ਇੱਕ ਛੋਟੀ ਜੀ ਗੱਲ ਬੰਨੇ ਕਿ ਹਰਜਿੰਦਰ ਮੈਨੂੰ ਤੰਗ ਕਰਦਾ ਜੀ ਜਾਂ ਕੋਈ ਹੋਰ ਵਿਅਕਤੀ ਮੈਨੂੰ ਤੰਗ ਕਰਦਾ ਮੈਨੂੰ ਮਿਸ ਬਿਹੇਵ ਕਰਦੇ ਨੇ ਮੈਨੂੰ ਬੁੱਲਿੰਗ ਕਰਦੇ ਨੇ ਤੇ ਮੇਰੇ ਕੋਲ ਉਹਨਾਂ ਦੇ ਪ੍ਰੂਫ ਨੇ ਹਾਂਜੀ ਉਹ ਇਨਵੈਸਟੀਗੇਸ਼ਨ ਦੇ ਉੱਤੇ 1 ਮਿਲੀਅਨ ਡਾਲਰ ਲੱਗ ਜਾਂਦਾ ਜਦੋਂ ਪੁਲਿਸ ਨੇ ਕਿਹਾ ਜੀ ਲਿਆਓ ਤੁਹਾਡਾ ਫੋਨ ਕਿੱਥੇ ਆ ਕਿੱਥੇ ਤੁਹਾਡੇ ਕੋਲ ਪ੍ਰੂਫ ਨੇ ਕਿਹਨ ਕਿਹਨ ਤੁਹਾਨੂੰ ਤੰਗ ਕੀਤਾ ਉਦੋਂ ਕਹਤਾ ਮੇਰਾ ਫੋਨ ਡੈਮੇਜ ਹੋ ਗਿਆ ਪਾਣੀ ਨਾਲ ਉੱਚ ਮੈਸੇਜ ਕੋਈ ਨਹੀਂ ਹੈਗਾ ਪਬਲਿਕ ਰੈਕਡ ਹੈ ਨਾ ਪੈਸਾ ਕਿਹਦਾ ਖਰਾ 1 ਮਿਲੀਅਨ ਡਾਲਰ ਜਿਹੜਾ ਉਹ ਵੇਸਟ ਹੋ ਗਿਆ ਪਿਛਲੇ ਦਿਨੀ ਸਾਡੀ ਟੀਮ ਦੀ ਵੀ ਨਿੱਕੀ ਕੋਰ ਹੁਣਾਣਾ ਇਸੇ ਸਵਾਲ ਦੇ ਉੱਤੇ ਗੱਲ ਵੀ ਹੋਈ ਤੇ ਉਹਨਾਂ ਨੇ ਕਿਹਾ ਜੀ ਵੀ ਮੈਂ ਤਾਂ ਆਪਣੇ ਵੱਲੋਂ ਪ੍ਰੂਫ ਦੇ ਦਿੱਤਾ ਆਪਣਾ ਮੇਰਾ ਫੋਨ ਤੇ ਮੈਂ ਤਾਂ ਚੱਲਦਾ ਦੇ ਦਿੱਤਾ ਹੁਣ ਅੱਗੇ ਜੇ ਉਹ ਸੰਭਾਲਿਆ ਨਹੀਂ ਗਿਆ ਜਾਂ ਉਹਨਾਂ ਨੇ ਰਿਕਵਰ ਨਹੀਂ ਕੀਤਾ ਗਿਆ ਤੇ ਉਹਨਾਂ ਦਾ ਇਹ ਇਹ ਈਡਿਸੋਨੈਸਟੀ ਆ ਇਦਾਂ ਹੋ ਨਹੀਂ ਸਕਦਾ ਕਦੀ ਵੀ ਨਹੀਂ ਹੋ ਸਕਦਾ ਤੁਹਾਡਾ ਫੋਨ ਡੈਮੇਜ ਵੀ ਹੋਵੇ THEN YOU HAVE SOMETHING THERE ON THE SERVER ਤੋਂ ਉਹ ਤਾਂ ਸੇਵ ਕੀਤਾ ਹੁੰਦਾ ਨਾ ਤੁਸੀਂ ਫਿਰ ਜੇ ਤੁਸੀਂ ਪ੍ਰੂਫ ਦਿੱਤੇ ਕਿੱਥੇ ਆ ਤੁਸੀਂ ਇਹ ਪ੍ਰੂਫ ਦੇ ਦਿੱਤੇ ਹੁਣ ਮੈਂ ਤੁਹਾਨੂੰ ਕਹਿੰਦਾ ਕਿ ਮੇਰਾ ਫੋਨ ਬੰਦਿਆ ਪਾਣੀ ਨਾਲ ਡੈਮੇਜ ਆ ਮੈਂ ਤੁਹਾਨੂੰ ਦੇ ਦਿੱਤਾ ਤੁਸੀਂ ਖੋਲ ਲਓ ਹਾਂਜੀ ਇਹ ਕੋਈ ਗੱਲ ਥੋੜੀ ਹੋਏ ਨਾ ਲੋਕਾਂ ਨਾਲ ਝੂਠ ਆਪਾਂ ਬੋਲੀਏ ਲੋਕਾਂ ਦੇ ਮੋਹਰੇ ਆਪਾਂ ਫੇਰ ਖਾਲੂ ਆਉਣਾ ਆਪਾਂ ਜਿਹੜੀ ਗੱਲ ਹੈਗੀ ਉਹ ਹੈਗੀ ਆ ਚਲੋ ਹੁਣ ਹੁਣ ਜੇ ਗੱਲ ਕਰ ਲਈਏ ਨਿੱਕੀ ਕੌਰ ਨੂੰ ਹੀ ਜੌਬ ਕਿਉਂ ਮਿਲੀ ਉੱਥੇ ਕੀ ਪਬਲਿਕ ਦੇ ਵਿੱਚ ਕੀ ਬ੍ਰਹਮਟੋਨੀਆ ਨੂੰ ਹੋਰ ਲੋਕਾਂ ਤੋਂ ਐਪਲੀਕੇਸ਼ਨਾਂ ਲਈਆਂ ਗਈਆਂ ਜੀ ਦੇਖਣ ਵਾਲੀ ਗੱਲ ਇਹ ਆ ਹੋਰ ਕਿੰਨੇ ਲੋਕਾਂ ਦੀ ਐਪਲੀਕੇਸ਼ਨਾਂ ਲਈਆਂ ਗਈਆਂ ਕਿੰਨੇ ਲੋਕਾਂ ਨੇ ਅਪਲਾਈ ਕੀਤਾ ਕਿੰਨੇ ਹੋਰ ਲੋਕਾਂ ਦੀ ਇੰਟਰਵਿਊ ਕੀਤੀ ਗਈ ਵਾਈ ਨਿੱਕੀ ਕੋਰ ਠੀਕ ਹੈ ਜੇ ਨਿੱਕੀ ਕੋਰ ਨੇ ਪਿਛਲੇ ਸਾਲ ਬ੍ਰੈਂਟਨ ਵੈਸਟ ਤੋਂ ਚੋਣ ਲੜੀ ਜੌਬ ਛੱਡ ਕੇ ਚੋਣ ਲੜੀ ਅਪ੍ਰੈਲ 2021 ਦੇ ਵਿੱਚ ਉਹ ਬ੍ਰੈਂਟਨ ਵੈਸਟ ਦੀ ਨਾਮੀਨੇਸ਼ਨ ਹਾਰ ਗਏ ਠੀਕ ਹੈ ਨਾਮੀਨੇਸ਼ਨ ਹਾਰਨ ਤੋਂ ਬਾਅਦ ਦੂਸਰੇ ਦਿਨ ਉਹਨਾਂ ਨੇ ਸਟੇਟਮੈਂਟ ਦਿੱਤੀ ਕਿ ਬ੍ਰੈਂਟਨ ਸਿਟੀ ਦੇ ਵਿੱਚ ਕ੍ਰਪਸ਼ਨ ਹੈ ਬਹੁਤ ਕੰਮ ਖਰਾਬ ਹੈ ਅਗਰ ਨਿੱਕੀ ਕੋਰ ਉਹ ਨਾਮੀਨੇਸ਼ਨ ਜਿੱਤ ਜਾਂਦੀ ਫੀਨੋਮਿਨਿਟ ਨੋਮੀਨੇਸ਼ਨ ਜਿਸੀ ਜਾਂਦੀ ਤਾਂ ਫੇਰ ਕ腐ਪਸ਼ਨ ਹੈ ਨਹੀਂ ਸੀ ਦੇਖਣ ਵਾਲੀ ਗੱਲ ਹੈ ਨਾ ਉਸ ਤੋਂ ਬਾਅਦ ਫੇਰ ਸਿਟੀ ਚ ਮਜਹਾਰਾ ਹੁੰਦਾ ਬਾਹਰ ਵੀ ਨਿੱਕੀ ਕੋਰ ਨੂੰ ਵਾਪਸ ਕੰਮ ਤੇ ਰੱਖਿਆ ਜਾਵੇ ਫੇ ਪੈਟਕ ਬਰੌਨ ਕੋ ਕਿਹੜੀ ਐਡੀ ਕਮਜ਼ੋਰੀ ਸੀ ਕਿ ਨਿੱਕੀ ਕੋਰ ਨੂੰ ਵਾਪਸ ਹਾਇਰ ਕਰਕੇ ਸੈਲਰੀ ਰੇਜ਼ ਕੀਤੀ ਗਈ ਹੁਣ ਨਿੱਕੀ ਕੋਰ ਨੇ ਇਹ ਵੀ ਕਿਹਾ ਕਿ ਮੇਰੀ ਸੈਲਰੀ ਰੇਜ਼ ਨਹੀਂ ਹੋਈ 19 ਚ ਹਾਇਰ ਕੀਤਾ ਗਿਆ 160 ਓਕੇ 20 ਦੇ ਵਿੱਚ ਦੁਬਾਰਾ ਰੇਜ਼ ਦਿੱਤੀ ਗਈ ਇਜ਼ ਅ ਪਬਲਿਕ ਰੈਕੋਰਡ ਠੀਕ ਹੈ 1 ਲੱਖ 70 ਹਜ਼ਾਰ ਸੈਲਰੀ ਜਦੋਂ ਦੁਵਾਰਾ 2021 ਮਈ ਦੇ ਵਿੱਚ ਦੁਵਾਰਾ ਹਾਇਰ ਕੀਤਾ ਗਿਆ 180000 ਦੀ ਸੈਲਰੀ ਆ 180000 ਦੀ ਸੈਲਰੀ ਦਿੱਤੀ ਗਈ ਮੋਰਨ ਮੇਰ ਹੂੰ ਠੀਕ ਆ ਐਡੀ ਵੱਡੀ ਕਿਹੜੀ ਜੌਬ ਹੋ ਸਕਦੀ ਆ ਵੀ ਇੰਨੀ ਰੇਜ ਦੇਣ ਦਾ ਕਾਰਨ ਕੀ ਹੋ ਸਕਦਾ ਇਹ ਤੁਹਾਨੂੰ ਦੱਸ ਸਕਦਾ ਪੈਟਰਿਕ ਬ੍ਰਾਊਨ ਪੈਟਰਿਕ ਬ੍ਰਾਊਨ ਮੇਰ ਨੇ ਹਾਂਜੀ ਹੁਣ ਤੁਸੀਂ ਕਿਤੇ ਕੰਮ ਕਰਦੇ ਹੋ ਜੀ ਤੁਸੀਂ ਕਿਤੇ ਜੌਬ ਕਰਦੇ ਹੋ ਤਾਂ ਤੁਹਾਡੇ 9 ਤੋਂ 5 ਤੁਹਾਡੀ ਜੌਬ ਹੈ ਜੀ ਤੁਸੀਂ ਕਿਸ ਨੂੰ ਲਾਉ ਥੋੜੀ ਕਰੀਓਗੇ 9 ਤੋਂ 5 ਤੁਸੀਂ ਕੋਈ ਹੋਰ ਕੰਮ ਵੀ ਕਰੋ ਰਾਈਟ ਨਿੱਕੀ ਕਾਰਨੇ 95 ਸਿਟੀਜ਼ ਕੰਮ ਕੀਤਾ ਨਾਲੇ ਆਪਣੀ ਲਾ ਦੀ ਪ੍ਰੈਕਟਿਸ ਕੀਤੀ ਰੀਸਟੇਟ ਜਾਂ ਡੀਲਸ ক্লোਰ ਕੀਤੀ 9 ਤੋਂ 5 ਉਹ ਵੀ ਆ ਕੇ ਦੱਸ ਸਕਦੇ ਨੇ ਫੇ ਪੈਟਕ ਬਰਾਉਨ ਨੇ ਉਹਨਾਂ ਨੂੰ ਕਿਉਂ ਲਾਉ ਕੀਤਾ ਵੀ ਤੁਸੀਂ ਨਾਲ ਆਪਣਾ ਹੋਰ ਕੰਮ ਵੀ ਕਰੀ ਜਾਓ ਤੇ ਨਾਲ ਤੁਸੀਂ ਸਿਟੀ ਦਾ ਪੈਸਾ ਵੀ ਲਈ ਜਾਓ ਰਾਈ ਫਿਰ ਠੀਕ ਹੈ ਅੱਛਾ ਬਾਪੂ ਜੀ ਹੁਣ ਆਪਣੇ ਕੋ ਮੈਨੂੰ ਪਤਾ ਸਮਾ ਸੀਮਤ ਹੈ ਤੇ ਜਿਹੜੀਆਂ ਤੁਹਾਡੀਆਂ ਗੱਲਾਂ ਇਹ ਵੈਸੇ ਵੀ ਵਕਫ ਵਕਫ ਸਰਸਸ ਤੋਂ ਲੋਕਾਂ ਨੇ ਪਹਿਲਾਂ ਵੀ ਕਾਫੀ ਸੁਣੀਆਂ ਹੋਣੀਆਂ ਤੇ ਇੱਕ ਦੋ ਚੀਜ਼ਾਂ ਜੇ ਹੋਰ ਆਪਾਂ ਪੁੱਛਦੇ ਹੋਏ ਗੱਲ ਕਰੀਏ ਤਾਂ ਕਈ ਕਈ ਲੋਕਾਂ ਨੂੰ ਇਹ ਵੀ ਕੰਸਰਨ ਲੱਗਦਾ ਕਿ ਯਾਰ ਜੇ ਆਪਾਂ ਐਥਨਿਕਲੀ ਦੇਖੀਏ ਤਾਂ ਭਾਈਚਾਰਕ ਤੌਰ ਦੇ ਉੱਤੇ ਦੇਖੀਏ ਤੇ ਸਾਡੇ ਜਦੋਂ ਕਮਿਊਨਿਟੀ ਚੋਂ ਭਾਈਚਾਰੇ ਜੋ ਪੰਜਾਬੀ ਦੋ ਕੈਂਡੀਡੇਟ ਖੜੇ ਹੋਣਗੇ ਤੋ ਇੱਕ ਦੂਸਰੇ ਦਾ ਨੁਕਸਾਨ ਕਰ ਰਹਾ ਹੁਣ ਕਿ ਤੇ ਚਾਂਸਸ ਆਰ ਕੇ ਪੈਟ੍ਰਿਕ ਹਰਨੂ ਦਾ ਫਾਇਦਾ ਮਿਲੇਗਾ ਸੋ ਇਹ ਇੱਕ ਓਪਨ ਸੀਕ੍ਰੀਟ ਹੈ ਜਿਹੜਾ ਲੁਕਿਆ ਨਹੀਂ ਹੈ ਕਿਸੇ ਦੇ ਕੋਲ ਵੀ ਤੁਸੀਂ ਇਸ ਗੱਲ ਨੂੰ ਕਿਵੇਂ ਦੇਖਦੇ ਹੋ ਤੁਸੀਂ ਕਿ ਇਹਨੂੰ ਨੁਕਸਾਨ ਜ਼ਿਆਦਾ ਪਹੁੰਚਦਾ ਹੋਏਗਾ ਜੇ ਤੁਸੀਂ ਤਾਕਤਵਰ ਹੁੰਨੇ ਹੋ ਜਾਂ ਤੁਸੀਂ ਤੁਸੀਂ ਅੱਗੇ ਆਉਣੇ ਹੋ ਜਾਂ ਪਿੱਛੇ ਆਉਣੇ ਹੋ ਤਾਂ ਕੀ ਕੀ ਕਿਵੇਂ ਦੇਖਦੇ ਹੋ ਸਾਰਾ ਸਿਨੈਰੀਓ ਇਹਦੇ ਵਿੱਚ ਮੈਨੂੰ ਕਸਰ ਲੋਕਾਂ ਦੇ ਆਏ ਸੀ ਹੁੰਦਾ ਕੀ ਹੈ ਕਿ ਮਿਸਾਲ ਦੇ ਤੌਰ ਤੇ ਤੁਸੀਂ ਕੋਈ ਕੰਮ ਪਹਿਲਾਂ ਸ਼ੁਰੂ ਕਰਤਾ ਠੀਕ ਹੈ ਤੁਹਾਡੇ ਤੋਂ ਬਾਅਦ ਜਿੰਨੇ ਲੋਕ ਆਉਂਦੇ ਨੇ ਉਹ ਉਹਨਾਂ ਨੇ ਦੇਖਣਾ ਠੀਕ ਹੈ ਹੁਣ ਸਭ ਤੋਂ ਪਹਿਲਾਂ ਮੈਂ ਅਪਲਾਈ ਮੈਂ ਕੀਤਾ 4 ਅਗਸਤ ਨੂੰ ਉਸ ਤੋਂ ਬਾਅਦ ਫਿਰ ਨਿੱਕੀ ਕੌਰ ਮੇਰੇ ਤੋਂ ਬਾਅਦ ਅਪਲਾਈ ਕਰਦੀ ਹੈ ਉਹਨਾਂ ਨੂੰ ਸੋਚਣਾ ਚਾਹੀਦਾ ਸੀ ਕਿ ਜੇ ਇੱਕ ਵਿਅਕਤੀ ਪਹਿਲਾਂ ਖੜਾ ਮੈਂ ਆਵਾ ਜਾਂ ਨਾਮ ਆ ਠੀਕ ਹੈ ਔਰ ਮੈਂ ਇਹ ਕਦੇ ਵੀ ਸੋਚਦਾ ਹੁੰਦਾ ਕਿ ਉਹਨਾਂ ਨੇ ਸਿਟੀ ਹਾਲ ਦੇ ਵਿੱਚ ਪਹਿਲਾਂ ਆਲਰੇਡੀ ਕੰਮ ਕੀਤਾ ਪੈਟਕ ਬਰੌਂ ਦੇ ਨਾਲ ਤੇ ਉਹ ਪੈਟਕ ਬਰੌਂ ਦੀ ਹੀ ਬੀ ਟੀਮ ਹੈ ਪੈਟਕ ਬਰੌਂ ਤੇ ਨਿੱਕੀ ਕੌਰ ਸਿੱਕੇ ਦੇ ਦੋ ਪਹਿਲੂ ਨੇ ਇੱਕ ਉਧਰ ਲਾ ਕੇ ਉਧਰ ਲਾ ਜੇ ਤਾਂ ਮੈਂ ਅਪਲਾਈ ਕਰਨ ਦਾ ਬਾਅਦ ਠੀਕ ਹੈ ਮੇਰੀ ਗਲਤੀ ਸੀ ਠੀਕ ਹੈ ਜੋ ਕੋਈ ਵਿਅਕਤੀ ਪਹਿਲਾਂ ਅਪਲਾਈ ਕੀਤਾ ਆ 올 ਰੈਡੀ ਐਕਟਿਵ ਆ ਤੁਸੀਂ ਇਹ ਸੋਚ ਕੇ ਆਉਂਦੇ ਹੋ ਫਿਰ ਵੋਟਾਂ ਵੰਡਣ ਦੀ ਗੱਲ ਨਿੱਕੀਕੌਰ ਦੀ ਟੀਮ ਨੇ ਕੀਤੀ ਪੈਟਕ ਬਰਾਉਨ ਦੀ ਟੀਮ ਜਿਹੜੀ A ਔਰ B ਐ ਉਹਨਾਂ ਨੇ ਕੀਤੀ ਜਾਂ ਮੈਂ ਕੀਤੀ ਸੋਚਣ ਵਾਲੀ ਗੱਲ ਇਹ ਆ ਠੀਕ ਹੈ ਅੱਛਾ ਹੁਣ ਆਪਾਂ ਜੇ ਆਈਏ ਤੁਹਾਡੀਆਂ ਜਿਹੜੀਆਂ ਮੇਜਰ ਜਿਹੜੀਆਂ ਤੁਸੀਂ ਸੋਚਦੇ ਹੋ ਪਾਲਿਸਿਸ ਦੇ ਉੱਪਰ ਇਹ ਤੇ ਚਲੋ ਤੁਸੀਂ ਆਪਣੇ ਆਪੋਨੈਂਟਸ ਦੇ ਬਾਰੇ ਚ ਗੱਲਾਂ ਕਰ ਲਈਆਂ ਜੀ ਬਾਬ ਦੇ ਸਾਹਜ ਹੋਰੀ ਲੋਕ ਉਹਨਾਂ ਨੂੰ ਚੁਣ ਕੇ ਲੈ ਕੇ ਆਉਂਦੇ ਨੇ ਕਿਹੜੀਆਂ ਪ੍ਰਾਇੋਰਟੀਜ਼ ਹੋਣਗੀਆਂ ਜਿਨ੍ਹਾਂ ਦੇ ਉੱਤੇ ਤੁਸੀਂ ਰਾਈਟ ਵੇ ਪਹਿਲੇ ਦਿਨ ਤੋਂ ਹੀ ਕੰਮ ਸ਼ੁਰੂ ਕਰਦੇ ਸਭ ਤੋਂ ਪਹਿਲਾਂ ਸਿਟੀ ਤੋਂ ਕਰਪਸ਼ਨ ਖਤਮ ਕੀਤੀ ਜਾਏਗੀ ਠੀਕ ਹੈ ਸਿਟੀ ਨੂੰ ਪਿਛਲਾ 4 ਸਾਲ ਦਾ ਲੇਖਾ ਜੋਖਾ ਆਡਿਟ ਕੀਤਾ ਜਾਏਗਾ ਜਿਹੜੇ ਗੇਟ ਕੀਪਰ ਬੈਠੇ ਨੇ ਉੱਥੇ ਜਿਹੜੇ ਅੱਜ ਪੈਟਰਿਕ ਬ੍ਰਾਊਨ ਨੇ ਆਪਣੇ ਪੁਰਾਣੇ ਕੋਈ ਓਵਨ ਸਾਉਂਡ ਤੋਂ ਕੋਈ ਬੈਰੀ ਤੋਂ ਕੋਈ ਸਕਾਰਵ ਹੋਰ ਤੋਂ ਕੋਈ ਨਿਆਗਰਾ ਫਾਲ ਤੋਂ ਲੋਕ ਜਿਹੜੇ ਆਪਣੇ ਉਹਨੇ ਯਾਰ ਦੋਸਤ ਲਿਆ ਕੇ ਬਿਠਾਏ ਨੇ ਉਹ ਵੀ ਪਬਲਿਕ ਰੈਕੋਰਡ ਹੈ ਸਾਰਾ ਸਾਹਮਣੇ ਹੈ ਹਨਾ ਉਹ ਲਿਆ ਕੇ ਬਿਠਾਏ ਨੇ ਜਿਨ੍ਹਾਂ ਨੇ ਕਿ ਸ਼ਹਿਰ ਨੂੰ ਖਾਧਾ ਖਾ ਰਹੇ ਨੇ ਉਹ ਥੋੜਾ ਮੂਵ ਕਿਤੇ ਜਾਣਗੇ 4 ਸਾਲ ਦਾ ਆਡਿਟ ਹੋਏਗਾ ਕ੍ਰਾਈਮ ਰੋਕਣ ਵਾਸਤੇ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਆਪਾਂ ਨੂੰ ਦੋ ਪੁਲਿਸ ਸਟੇਸ਼ਨ ਬ੍ਰੈਂਟਨ ਜਿਹੜੇ ਹੋਰ ਚਾਹੀਦੇ ਨੇ ਸੈਟਲਾਈਟ ਨਹੀਂ ਅਸਲੀਅਤ ਵਾਲੇ ਬ੍ਰੈਂਟਨ ਈਸ ਤੇ ਨਾਰਥ ਦੇ ਵਿਚ ਦੂਸਰਾ ਪੁਲਿਸ ਦੇ ਨਾਲ ਰਲ ਕੇ ਕ੍ਰਾਈਮ ਦੇ ਉੱਤੇ ਕੰਮ ਕੀਤਾ ਜਾਏਗਾ ਜੀ ਕਾਨੂੰਨ ਜਿਹੜੇ ਨੇ ਉਹਨਾਂ ਤੋਂ ਦੁਆਰਾ ਫੈਡਰਲ ਸਰਕਾਰ ਤੋਂ ਰਿਵਿਊ ਕੀਤਾ ਜਾਏਗਾ ਤੇ ਜਿਹੜਾ ਕਿ ਸਾਡੀ ਜਸਟਿਸ ਸਿਸਟਮ ਹੈ ਉਸ ਨੂੰ ਰਿਵਿਊ ਕੀਤਾ ਜਾਏਗਾ ਸਖਤੀ ਕੀਤੀ ਜਾਏਗੀ ਕਿਉਂਕਿ ਇਹ ਜ਼ਰੂਰੀ ਹੈ ਉਹ ਕੋਈ ਵਿਅਕਤੀ ਕ੍ਰਾਈਮ ਕਰਦਾ ਦੂਸਰੇ ਦਿਨ ਬੇਲ ਹੋ ਕੇ ਬਾਹਰ ਆ ਜਾਂਦਾ ਉਹ ਫੇਰ ਪੁੱਠੇ ਕੰਮ ਕਰਦਾ ਉਹ ਫੇਰ ਕ੍ਰਾਈਮ ਕਰਦਾ ਹਾਂਜੀ ਤੇ ਜੇ ਕੋਈ ਕ੍ਰਾਈਮ ਕਰਦਾ ਉਹ ਇੱਕ ਇੱਕ ਦੋ ਪਰਸੈਂਟ ਲੋਕ ਹੁੰਦੇ ਨੇ ਤੇ ਉਹਨਾਂ ਨੂੰ ਤੁਸੀਂ ਫੜ ਕੇ ਸੈਂਡ देम ਬੈਕ ਪ੍ਰੂਫ ਚਾਹੀਦਾ ਕਿ ਹਾਂ ਆਹ ਵਿਅਕਤੀ ਨੇ ਪਲਾਜ਼ੇ 'ਵਾਂ ਲੜਾਈ ਕੀਤੀ ਆਹ ਵਿਅਕਤੀ ਨੇ ਕਾਰ ਚੋਰੀ ਕੀਤੀ ਸੀ ਆ ਗੈਂਗ ਇੱਧਰ ਕੰਮ ਕਰਦਾ ਆ ਗੈਂਗ ਇੱਧਰ ਕੰਮ ਕਰਦਾ ਉਹਨਾਂ ਲੋਕਾਂ ਨੂੰ ਇੱਥੋਂ ਮੂਵ ਕਰਨਾ ਪਏਗਾ ਜਾਂ ਉਹਨਾਂ ਨੂੰ ਉਹਨਾਂ ਦੀ ਜਮਾਨਤ ਨਹੀਂ ਹੋਣੀ ਚਾਹੀਦੀ ਪੁਲਿਸ ਨਾਲ ਤੁਸੀਂ ਗੱਲ ਕਰਦੇ ਹੋ ਉਹਦੇ ਘੜ ਬੇਲਦੇ ਆ ਦੇ ਆਊਟ ਅਨਦਰ ਡੇ ਦੇ ਡੂ ਕ੍ਰਾਈਮ ਅਗੇਨ ਬ੍ਰਾਂਟਨ ਦੇ ਵਿੱਚ ਪਹਿਲਾਂ ਕ੍ਰਾਈਮ ਹੋਇਆ ਨਹੀਂ ਇੱਕ ਇੱਕ ਵਿਅਕਤੀ ਬਾਹਰ ਆਇਆ ਸੀ ਉਹਨੇ ਕੰਟਰੀਸਾਈਡ ਟਾਰਮ ਤੇ ਇੱਕ ਪਰਿਵਾਰ ਦੇ ਚਾਰ ਜੀ ਉਸ ਐਕਸੀਡੈਂਟ ਤੇ ਮਾਰੇ ਗਏ ਤਾਂ ਉਹ ਕ੍ਰਾਈਮ ਰੋਕਣ ਲਈ ਲੋਕਾਂ ਦੇ ਨਾਲ ਰੜ ਕੇ ਪੁਲਿਸ ਦੇ ਨਾਲ ਰੜ ਕੇ ਸਾਨੂੰ ਕੰਮ ਕਰਨਾ ਪਏਗਾ ਮੈਨੂਫੈਕਚਰਰ ਦੇ ਨਾਲ ਗੱਲ ਕਰਕੇ ਇੱਕ ਸਿਕਿਉਰਿਟੀ ਡਿਵਾਈਸ ਸਾਡੀਆਂ ਕਾਰਾਂ ਵਿੱਚ ਲੱਗਣੀ ਚਾਹੀਦੀ ਜਿਹੜਾ ਕੋਈ ਵਿਅਕਤੀ ਕਾਰ ਚੋਰੀ ਕਰਨਾ ਆਉਂਦਾ ਇਹ ਨਹੀਂ ਤੁਸੀਂ ਕਾਰ ਅੰਦਰ ਪਾਰ ਕਰ ਲਓ ਲੋਕ ਲਾ ਦਿਓ ਉਹਦੀ ਬਜਾਏ ਸਾਨੂੰ ਇਹ ਜ਼ਰੂਰ ਕਰਨਾ ਚਾਹੀਦਾ ਕਿ ਮੈਨੂਫੈਕਚਰਰ ਦੇ ਨਾਲ ਗੱਲ ਕਰਕੇ ਇੱਕ ਸਿਕਿਉਰਿਟੀ ਸਿਸਟਮ ਇਨੀ ਮਹਿੰਗੀ ਕਾਰ ਆ ਉਹਦੇ ਵਿੱਚ ਹੋਰ ਇੱਕ ਡਿਵਾਈਸ ਲੱਗਣੀ ਚਾਹੀਦੀ ਜੇ ਕੋਈ ਵਿਅਕਤੀ ਤੁਹਾਡੇ ਆਉਂਦਾ ਕਾਰ ਸਟਾਰਟ ਨਹੀਂ ਹੋਣੀ ਚਾਹੀਦੀ ਬ੍ਰਾਂਟਨ ਦੇ ਬੱਚੇ ਬਾਹਰ ਪੜਨ ਜਾਂਦੇ ਨੇ ਯੂਨੀਵਰਸਿਟੀ ਹੋਣੀ ਚਾਹੀਦੀ ਮੈਨੂੰ ਯਾਦ ਆ ਪਿਛਲੇ ਦਿਨੀ ਪਿਛਲੇ ਸਾਲ ਸ਼ਾਇਦ ਇੱਕ ਟਾਕ ਸ਼ੋਅ ਕੀਤਾ ਸੀ ਅਸੀਂ ਇਸੇ ਗੱਲ ਤੇ ਮੈਂ ਕਿਹਾ ਯਾਰ ਵੀ ਆਟੋ ਕੰਪਨੀਆਂਜ਼ ਨੇ ਜਿਹੜੀਆਂ ਉਹਨਾਂ ਨੂੰ ਲੋਕ ਲੂਕ ਜਿਹੜੇ ਲੋਨ ਦੇ ਖਰਚੇ ਘਟਾ ਦੇਣੇ ਚਾਹੀਦੇ ਆ। ਸਭੀ ਖੁੱਲਤ ਜਾਣੀ ਹੈ। ਹੁਣ ਤਾਂ ਫਾਇਦਾ ਨਹੀਂ ਕੋਈ। ਜਿੰਨੀ ਦਾ ਮਰਜ਼ੀ ਹੋਵੇ ਵੀ ਉਹ ਉਹਨਾਂ ਹੀ ਸੇਵਿੰਗ ਦੇ ਦੇਓ ਕਲਾਇੰਟ ਨੂੰ। ਤੇ ਫਿਰ ਬਰਾਂਟਨ ਵਿੱਚ ਬਰਾਂਟਨ ਦੇ ਬੱਚੇ ਬਾਹਰ ਪੜਨ ਜਾਂਦੇ ਨੇ। ਯੂਨੀਵਰਸਿਟੀ ਹੋਣੀ ਚਾਹੀਦੀ। ਯੂਨੀਵਰਸਿਟੀ ਪਹਿਲਾਂ ਵੀ ਵਾਅਦਾ ਕੀਤਾ ਗਿਆ। ਯੂਨੀਵਰਸਿਟੀ ਆਉਣ ਤੋਂ ਪਹਿਲਾਂ ਹੀ 629000 ਪੈਟਕ ਬਣਾਉਣ ਨੇ ਆਪਣੇ ਬੜੀ ਦੀ ਕੰਸਲਟੈਂਟ ਕੰਪਨੀ ਦੇ ਦਿੱਤਾ ਵੋਟਾਂ ਪਾ ਕੇ ਰੋਕ ਦਿੱਤਾ ਠੀਕ ਆ ਫਿਰ ਬ੍ਰਾਮਟਨ ਦੀ ਡਿਵੈਲਪਮੈਂਟ ਜੇ ਤੁਸੀਂ ਦੂਸਰੇ ਸ਼ਹਿਰਾਂ ਨਾਲ ਕੰਪੇਅਰ ਕਰਦੇ ਹੋ ਲੁੱਕ ਦਾ ਮਿਸਿਸ ਸਾਗਾ ਲੁੱਕ ਦਾ ਵਾਨ ਸਮ ਅਦਰ ਸਿਟੀਜ਼ ਬ੍ਰਾਮਟਨ ਦੀ ਡਿਵੈਲਪਮੈਂਟ ਹੋਣੀ ਚਾਹੀਦੀ ਉਹਨਾਂ ਜੌਬਸ ਆਉਣ ਗਿਆ ਠੀਕ ਆ ਫਿਰ ਫੋਰਡੇਬਲ ਹਾਊਸਸ ਵੀ ਉਹਦੇ ਵਿੱਚ ਕਵਰ ਹੁੰਦੇ ਨੇ ਲੋਕਾਂ ਨੂੰ ਰਹਿਣ ਵਾਸਤੇ ਜਗ੍ਹਾ ਨਹੀਂ ਹੈਗੀ ਜੇ ਸਾਡੇ ਇੱਥੇ ਡਿਵੈਲਪਮੈਂਟ ਹੋਰ ਹੋਏਗੀ ਜਿੱਥੇ ਜੌਬਸ ਆਉਣ ਗਿਆ ਉੱਥੇ ਲੋਕਾਂ ਨੂੰ ਰਹਿਣ ਦੀ ਜਗ੍ਹਾ ਹੋਰ ਮਿਲੇਗੀ ਮਿਸਿਸ ਸਾਗਾ ਤੋਂ ਐਲ ਆਰਟੀ ਆਉਣੀ ਸੀ ਉਹ ਬ੍ਰਾਮਟਨ ਚ ਨਹੀਂ ਆ ਰਹੇ ਉੱਥੇ ਰੁਕ ਗਈ ਆ ਉਹ ਐਲ ਆਰਟੀ ਦੁਆਰਾ ਸ਼ੁਰੂ ਠੀਕ ਆ ਤੇ ਜਿਹੜਾ ਹਸਪੀਟਲ ਦੀ ਗੱਲ ਆਪਾਂ ਕਰਦੇ ਆ ਬ੍ਰਾਂਟਨ ਨੂੰ ਹੋਰ ਹਸਪੀਟਲ ਚਾਹੀਦਾ ਹਰ ਇੱਕ ਵਿਅਕਤੀ ਇੱਥੇ ਆ ਕੇ ਵਾਦਾ ਕਰੇਗਾ ਠੀਕ ਪਰ ਆਲਟਰਨੇਟਿਵ ਕੀ ਐ ਛੇਤੀ ਕਿ ਹਸਪੀਟਲ ਆਉਣਾ ਚਾਹੀਦਾ ਬ੍ਰਾਂਟਨ ਨੂੰ ਸ਼ੋਰ ਆਏਗਾ ਪਰ ਉਹਨੂੰ 10 ਸਾਲ ਲੱਗਣਗੇ 10 ਸਾਲ ਦੇ ਅਗਲੇ ਨੈਕਸਟ ਇਅਰ ਦੇ ਵਿੱਚ 2 ਮਿਲੀਅਨ ਪਾਪੂਲੇਸ਼ਨ ਵਧਣੀ ਆ ਅਸੀਂ ਆਲਟਰਨੇਟਿਵ ਕੀ ਕਰ ਸਕਦੇ ਆ ਕਿ ਛੋਟੇ ਅਰਜੈਂਟ ਕੇਅਰ ਬ੍ਰਾਂਟਨ ਦੇ ਵਿੱਚ ਹੋਰ ਖੋਲੇ ਜਾਣ ਹੁਣ ਤੁਸੀਂ ਐਮਰਜੈਂਸੀ ਚਲ ਜਾਓ ਬ੍ਰਾਂਟਨ ਹਸਪੀਟਲ ਆਈਵੈਂਟ ਮਾਈਸੈਲਫ 75% ਲੋਕੋ ਉਥੇ ਬੈਠੇ ਇਹਨਾਂ ਨੂੰ ਐਮਰਜੈਂਸੀ ਆਈ ਨਹੀਂ ਰਾਈਟ ਦੇਰ ਨਹੀਂ ਐਮਰਜੈਂਸੀ ਜੇ ਉਹੀ ਇਲਾਜ ਅਰਜੈਂਟ ਕੇਅਰ ਵਿੱਚ ਹੋ ਜਾਵੇ ਤਾਂ ਉਹ ਲੋਕ ਆਪਣਾ ਇਲਾਜ ਕਰਾ ਕੇ ਆਪਣੇ ਘਰ ਜਾ ਸਕਦੇ ਨੇ ਜਿੱਥੇ ਹਸਪੀਟਲਸ ਐਮਰਜੈਂਸੀਜ਼ ਰਾਜਪੈਂਦਾ ਉਹ ਘਟ ਜਵੇ ਆਲਟਰਨੇਟ ਇਹ ਆ ਬਰਾਂਟਨ ਵਾਸਤੇ ਦੂਸਰਾ ਹਸਪੀਟਲ ਫੁੱਲ ਚਾਹੀਦਾ ਉਹ ਲੈ ਕੇ ਆਉਣਾ ਮੇਰਾ ਵਾਦਾ ਹੈ ਰਾਈਟ ਅੱਛਾ ਬੀਤੇ ਕੱਲ ਬੌਬ ਆਪਣੇ ਪੀਟ੍ਰਿਕ ਬ੍ਰਾਊਨ ਹਰੀ ਵੀ ਤੁਹਾਡੀ ਐਸਏ ਚੇਅਰ ਤੇ ਬੈਠੇ ਸੀ ਤੇ ਉਹਨਾਂ ਨਾਲ ਵੀ ਆਲਮੋਸਟ ਇਦਾਂ ਕਿਤੇ ਸਾਰੇ ਸਵਾਲ ਜਦੋਂ ਪੁੱਛੇ ਗਏ ਸੀ ਅਲੀਗੇਸ਼ਨਸ ਬਾਰੇ ਗੱਲ ਕੀਤੀ ਗਈ ਤੋ ਉਹਨਾਂ ਨੇ ਇੱਕ ਜਵਾਬ ਐਸੀ ਕਹਿੰਦੇ ਯਾਰ ਵੀ ਮੈਂ ਅਮਰੀਕਨ ਸਟਾਈਲ ਪੋਲਿਟਿਕਸ ਨਹੀਂ ਕਰਨਾ ਚਾਹੁੰਦਾ ਫਲੇਮ ਗੇਮਸ ਨਹੀਂ ਜਾਣਾ ਚਾਹੁੰਦਾ ਤੇ ਨਾਲ ਉਹਨਾਂ ਨੇ ਇੱਕ ਗੱਲ ਹੋਰ ਇਹ ਕਹੀ ਸੀ ਕਿ ਇਸ ਵਾਰ ਮੈਨੂੰ ਲੱਗ ਰਿਹਾ ਕਿ ਜਿਹੜੀ ਮੈਜੋਰਿਟੀ ਕਾਉਂਸਲ ਹੈ ਉਹ ਸਾਡੇ ਨਾਲ ਭੁਗਤਣ ਵਾਲੀ ਹੈ ਤੁਸੀਂ ਇਹ ਜਿਹੜੀ ਮੈਜੋਰਿਟੀ ਮਾਈਨੋਰਿਟੀ ਜਾਂ ਕਾਉਂਸਲ ਦੇ ਪਿਛਲੇ ਸਾਲ ਦੇ ਦੌਰ ਨੂੰ ਦੇਖਿਆ ਕਿੰਨੇ ਕੁ ਕੌਨਫੀਡੈਂਟ ਹੋ ਕਿ ਮੈਜੋਰਿਟੀ ਕਾਉਂਸਲਸ ਜਿਹੜੇ ਨੇ ਫਿਰ ਜਿੰਦਰ ਜੀ ਲੋਕਾਂ ਨੂੰ ਪਤਾ ਹੋਤਾ ਕਿੰਨਾ ਕਾਉਂਸਲ ਇਕੱਠੀ ਹੋ ਕੇ ਕੰਮ ਕੀਤਾ ਹੁੰਦਾ ਫਿਰ ਸਾਨੂੰ ਆਉਣ ਦੀ ਲੋੜ ਹੀ ਨਹੀਂ ਸੀ ਫੇ ਤੱਕ ਸਿਸਟਮ ਸਹੀ ਚੱਲ ਰਿਹਾ ਸਾਡੇ ਗਵਾਂਢੀ ਸ਼ਹਿਰਾਂ ਵਿੱਚ ਸਹੀ ਚੱਲ ਰਿਹਾ ਉੱਥੇ ਨਹੀਂ ਕੋਈ ਵਿਅਕਤੀ ਸੋਚਦਾ ਜਦੋਂ ਅਸੀਂ ਇਹ ਦੇਖਦੇ ਆ ਆ ਕੇ ਕਹਿੰਦੇ ਆ ਮੇਰੇ ਹਿਸਾਬ ਨਾਲ ਸਾਰਾ ਕੁਝ ਠੀਕ ਹੈ ਤੁਹਾਨੂੰ ਲੱਗਦਾ ਮਾੜਾ ਮੈਂ ਕਰਾਪਸ਼ਨ ਕੀਤੀ ਆ ਸਾਰਾ ਕੁਝ ਠੀਕ ਹੈ ਸ਼ਹਿਰ ਦੇ ਵਿੱਚ ਡਿਵੀਜ਼ਨ ਹੋਈ ਆ ਕਮਿਊਨਿਟੀ ਦੇ ਵਿੱਚ ਡਿਵੀਜ਼ਨ ਹੋਈ ਆ ਸਾਨੂੰ ਪਾਰਕਾਂ ਦੇ ਨਾਂ ਤੇ ਸੜਕਾਂ ਦੇ ਨਾਂ ਦੇ ਉੱਤੇ ਉਲਝਾਇਆ ਪਿਆ ਜਿਹੜੇ ਅਸਲੀ ਕੰਮ ਹੁੰਦੇ ਨਹੀਂ ਹੈਗੇ ਫਿਰ ਤੁਸੀਂ ਜੇ ਉਹ ਵਿਅਕਤੀ ਕਹਿੰਦਾ ਫਿਰ ਝੂਠ ਬੋਲਦਾ ਦੈਟਸ ਵਾਟ ਆਈ ਕੈਨ ਸੇ ਸਾਰਾ ਕੁਝ ਲੋਕਾਂ ਨੂੰ ਦਿਸਦਾ ਆ ਵੀ ਤੁਸੀਂ ਕੀਤਾ ਕੀ ਆ ਤੁਹਾਡੀ ਕੌਂਸਲ ਆਪਸ ਵਿੱਚ ਡਿਵਾਈਡ ਹੈ ਇੱਕ ਦੂਜੇ ਤੇ ਤੁਸੀਂ ਐਲੀਗੇਸ਼ਨ ਲਾ ਰਹੇ ਹੋ ਮੇਨਸਟ੍ਰੀਮ ਮੀਡੀਆ ਤੇ ਜਾ ਕੇ ਐਲੀਗੇਸ਼ਨ ਲਾ ਰਹੇ ਹੋ ਮੈਂ ਆ ਕੀਤਾ ਸੀ ਉਹਨੇ ਆ ਕੀਤਾ ਸੀ ਇਹ ਗੱਲਾਂ ਛੱਡ ਕੇ ਇਕੱਠੇ ਹੋ ਕੇ ਮੇਰਾ ਵਾਦਾ ਹੈ ਕਿ ਜਿਹੜੀ ਵੀ ਕੌਂਸਲ ਜਿੱਤਦੀ ਆ ਮੈਂ ਉਹਨਾਂ ਨਾਲ ਲੜ ਕੇ ਕੰਮ ਕਰਾਂਗਾ ਮੇਰਾ ਤਾਂ ਤਜਰਬਾ ਤੁਸੀਂ ਦੇਖ ਹੀ ਲਿਆ ਮੇਨਾਂ ਕੋਈ ਗੁੱਸੇ ਵੀ ਹੁੰਦਾ ਮੈਂ ਉਹਨੂੰ ਕਹਿੰਦਾ ਭਾਜੀ ਆ ਦੇਖੋ ਆਪਾਂ ਦੂਜੇ ਦੇ ਭਲੇ ਦੀ ਖਾਤਰ ਕੰਮ ਕਰਨਾ ਇਕੱਠੇ ਹੋ ਕੇ ਆਪਾਂ ਕੰਮ ਕਰੀਏ ਆਪਣੇ ਬ੍ਰੈਂਪਟਨ ਨੂੰ ਜਿੱਦਾਂ ਦਾ ਪਹਿਲਾਂ ਹੁੰਦਾ ਸੀ ਓਦਾਂ ਦਾ ਬਣਾ ਸਕੀਏ ਰਾਈਟ ਅੱਛਾ ਇੱਕ 24 ਤਰੀਕ ਨੂੰ ਹੁਣ ਦੀਵਾਲੀ ਹੈ ਬੰਦੀ ਛੋੜ ਦੇ ਵਿਸਤਾ ਦੇਣਾ ਤੇ ਇਹ ਵੀ ਗੱਲ ਸਾਰੇ ਜਿੰਨੇ ਵੀ ਕੈਂਡੀਡੇਟਸ ਨੇ ਉਹ ਵੀ ਕੰਸਰਨਡ ਨੇ ਮੀਡੀਆ ਚ ਵੀ ਅਸੀਂ ਗੱਲ ਕਰਦੇ ਰਹਿੰਦੇ ਹਾਂ ਕਿ ਸਾਨੂੰ ਫਿਕਰਮੰਦੀ ਇਸ ਗੱਲ ਦੀ ਹੈ ਕਿ ਪਿਛਲੇ ਸਮੇਂ ਚ ਵੀ ਵੋਟਾਂ ਬਹੁਤੇ ਲੋਕ ਪਾਉਣ ਲਈ ਨਿਕਲਦੇ ਨਹੀਂ ਜੀ ਕੀ ਸੋਚਦੇ ਹੋ ਇਸ ਵਾਰੀ ਲਈ ਮੈਂ ਕਹਿੰਦਾ ਜੀ ਜਦੋਂ ਪ੍ਰੋਵਿੰਸ਼ੀਅਲ ਤੇ ਫੈਡਰਲ ਇਲੈਕਸ਼ਨ ਹੁੰਦੀ ਹੈ ਨਾ ਸਾਡਾ ਰੁਝਾਨ ਉਹ ਚ ਜ਼ਿਆਦਾ ਹੁੰਦਾ ਜਿਹੜੀ ਸਿਟੀ ਦੀ ਮਿਊਨਿਸਪਲ ਇਲੈਕਸ਼ਨ ਹੈ ਨਾ ਉਹਦੇ ਵਿੱਚ ਅਸੀਂ ਕਹਿੰਦੇ ਹਾਂ ਕੋਈ ਗੱਲ ਨਹੀਂ ਸਾਨੂੰ ਕਦੇ ਬਟ ਮੈਂ ਲੋਕਾਂ ਨੂੰ ਇੱਕ ਬੇਨਤੀ ਕਰਦਾ ਕਿ ਸਿਟੀ ਦੇ ਜਦੋਂ ਮਿਊਨਿਸਪਲ ਇਲੈਕਸ਼ਨ ਹੁੰਦੀ ਆ ਵੱਧ ਚੜ ਕੇ ਇਸ ਹਿੱਸਾ ਲਿਆ ਕਰੋ ਹੁਣ ਚਲੋ 24 ਤਰੀਕ ਨੂੰ ਬੰਦੀ ਛੋੜ ਦਿਵਸ ਤੇ ਦੀਵਾਲੀ ਹੈ ਉਦੋਂ ਨੂੰ ਵੋਟਾਂ ਨੇ ਸਵੇਰੇ ਸਵੇਰੇ ਟਾਈਮ ਹੈਗਾ ਆਪਾਂ 2-3 ਵਜੇ ਤੱਕ ਵੋਟਾਂ ਪਾ ਸਕਦੇ ਕੋਈ ਨਹੀਂ ਕੋਈ ਪ੍ਰੋਬਲਮ ਜੇ ਚੇਂਜ ਡੇਟ ਕਰਨੀ ਹੁੰਦੀ ਆ ਵੀ ਹੈਵ ਟੂ ਗੈਟ ਅਪ ਅਫੋਰ ਪਹਿਲਾਂ ਅਸੀਂ ਰਿਕੁਐਸਟ ਕੀਤੀ ਸੀ ਨਾ ਟੂ ਲੇਟ ਹਨਾ ਬਟ ਜਦੋਂ ਹੁਣ ਸਾਨੂੰ 5 ਦਿਨ ਮਿਲੇ ਐਡਵਾਂਸ ਪੋਲਿੰਗ ਦੇ 7 8 ਤੇ 9 ਦੇ ਨਾ 14 14 15 ਠੀਕ ਆ ਸਾਡੇ ਕੋਲ ਬਹੁਤ سارے ਦਿਨ ਨੇ ਦੋ ਹੀ ਵੀਕਐਂਡ ਨੇ ਇੱਕ ਲੌਂਗ ਵੀਕਐਂਡ ਹੈ ਕਮਿੰਗ ਲੌਂਗ ਵੀਕਐਂਡ ਅਗਲਾ ਲੌਂਗ ਵੀਕਐਂਡ ਅਗਲਾ ਵੀਕਐਂਡ ਹੈ ਦੋਨਾਂ ਵੀਕਐਂਡ ਦੇ ਵਿੱਚ ਜਾ ਕੇ ਵੱਧ ਤੋਂ ਵੱਧ ਆਪਣੀ ਵੋਟ ਦਾ ਇਸਤੇਮਾਲ ਕਰੋ ਜਿਸ ਨੂੰ ਵੀ ਤੁਸੀਂ ਚਾਹੁੰਦੇ ਹੋ ਫੈਸਲਾ ਲੋਕਾਂ ਦੇ ਹੱਥ 'ਚ ਹੈ ਵੀ ਤੁਸੀਂ ਕਿਸ ਵਿਅਕਤੀ ਨੂੰ ਵੋਟ ਪਾਉਣੀ ਹੈ ਤੁਸੀਂ ਕਿਹਦੇ ਤੇ ਟਰਸਟ ਕਰਦੇ ਹੋ ਜਿਹੜੇ ਲੋਕ ਆਲਰੇਡੀ ਕ੍ਰਪਸ਼ਨ 'ਚ ਡਿਸਆਨੈਸਟ ਨੇ ਉਹਨਾਂ ਦਾ ਤੁਸੀਂ ਸਾਥ ਦੇਣਾ ਜਾਂ ਜਿਹੜਾ ਵਿਅਕਤੀ ਆਨੈਸਟ ਹੈ ਫੈਸਲਾ ਲੋਕਾਂ ਦੇ ਹੱਥ 'ਚ ਹੈ ਪਰ ਵੋਟ ਪਾਉਣ ਜ਼ਰੂਰ ਨਿਕਲੋ ਇਹ ਨਾ ਸੋਚੋ ਕਿ ਮੈਂ ਬਿਜ਼ੀ ਆ ਮੈਂ ਕਿਤੇ ਜਾਣਾ ਮੇਰੀ ਵੋਟ ਨਾਲ ਕੀ ਫਰਕ ਪੈਣਾ ਈਚ ਵੋਟ ਕਾਊਂਟ ਤੇ ਨਾਲ-ਨਾਲ ਦੂਸਰੇ ਲੋਕਾਂ ਨੂੰ ਨਾਲ ਲੈ ਕੇ ਜੇ ਕਿਸੇ ਨੇ ਵੋਟ ਨਹੀਂ ਵੀ ਪਾਈ ਆਪਣੇ ਤੌਰ ਤੇ ਤੁਸੀਂ ਕਹੋ ਇਹ ਕੈਂਪੇਨ ਬਬ ਦੀ ਨਹੀਂ ਹੈ ਦਿਸ ਇ ਆਲ ਫॉर ਬ੍ਰਮਟੋਨੀਅਨਸ ਤੇ ਨਾਲ ਇਹ ਵੀ ਕਰੂੰਗਾ ਕਿ ਮਿਹਰਬਾਨ ਤੋਂ ਬਾਅਦ ਬ੍ਰਮਟੋਨੀਅਨ ਦੇ ਲੋਕਾਂ ਨੂੰ ਬ੍ਰਮਟਨ ਦੇ ਲੋਕਾਂ ਨੂੰ ਪਹਿਲਾਂ ਸਿਟੀ ਦੇ ਵਿੱਚ ਕੋਈ ਵੀ ਜੌਬ ਨਿਕਲੇਗੀ ਦੱਸਿਆ ਜਾਏਗਾ ਮੇਰੀ ਪ੍ਰਾਇਓਰਟੀ ਹੋਗੀ ਕਿ ਵੈਨਾ ਬ੍ਰਾਂਡਪਨ ਦੇ ਲੋਕਾਂ ਨੂੰ ਸਿਟੀ ਹਾਲ ਚ ਕੰਮ ਦਿੱਤਾ ਜਾਏਗਾ ਉਤੋਂ ਬਾਅਦ ਵਿੱਚ ਬਾਹਰ ਜਾਊਗਾ ਜੀ ਪਰ ਸਿਟੀ ਦੇ ਵਿੱਚ ਜਿਹੜੇ ਆਪਣੇ ਲੋਕ ਕਿੰਨੇ ਕੰਮ ਕਰਦੇ ਨੇ ਤੁਸੀਂ ਦੇਖੋ ਇਹ ਬਹੁਤ ਵੱਡੀ ਗੱਲ ਹੈ ਸੋ ਇਸ ਕਰਕੇ ਮੈਂ ਕਹਿੰਦਾ ਫੈਸਲਾ ਲੋਕਾਂ ਦੇ ਹੱਥ ਵਿੱਚ ਹੈ ਫੈਸਲਾ ਲੋਕਾਂ ਨੇ ਕਰਨਾ ਤੇ ਮੇਰਾ ਪਲੇਟਫਾਰਮ ਜਿਹੜਾ ਪਲੇਟਫਾਰਮ ਸਾਂਝਾ ਰਹੇਗਾ ਐਂਡ एवरीथिंग ਕਲੀਅਰ ਹੋਏਗਾ ਇਟਸ ਨਾਟ ਗੋਇੰਬੀ ਲਾਈਕ ਦੈਟ ਮੈਂ ਇਫ ਆਈ ਸੇ ਸਮਥਿੰਗ ਆਮ ਨੋ ਗੋਣਾ ਡੂ ਇਟ ਆਈ ਵਿਲ ਡੂ ਦੈਟ ਜੀ ਸੋ ਦੋਸਤੋ ਇੱਕ ਵਾਰੀ ਫੇਰ ਦੱਸ ਦਿੰਨੇ ਕਿ ਬਾਬ ਦਸਾਂਝ ਹੋਰੀ ਮੇਰ ਦੇ ਕੈਂਡੀਡੇਟ ਨੇ ਬ੍ਰੈਂਪਟਨ ਤੋਂ ਤੇ ਇਹਨਾਂ ਦੇ ਨਾਲ ਸਾਡੀ ਇਹ ਵਿਸ਼ੇਸ਼ ਗੱਲਬਾਤ ਉਮੀਦ ਕਰਦੇ ਹਾਂ ਕਿ ਤੁਸੀਂ ਗੱਲਬਾਤ ਸੁਣੀ ਹੋਣੀ ਹੈ ਇਹਨਾਂ ਦੇ ਨਾਲ ਜਿਹੜੇ ਕੋਈ ਕਨਸਰਨ ਸੀ ਜਿੰਨੇ ਕਿ ਸਾਨੂੰ ਲੱਗਦਾ ਸੀ ਬਾਬ ਜੀ ਜਾਂ ਸਾਨੂੰ ਸੁਣਨ ਨੂੰ ਮਿਲਦੇ ਸੀ ਜਾਂ ਈਵਨ ਕਿਤੇ ਨਾ ਕਿਤੇ ਗਾਹ ਪਗਾਹ ਰੇਡੀਓ ਤੇ ਵੀ ਸਾਡੇ ਤੱਕ ਪਹੁੰਚਦੇ ਸੀ ਅਸੀਂ ਤੁਹਾਡੇ ਸਾਹਮਣੇ ਰੱਖੇ ਬੀਤੇ ਕੱਲ ਪੈਟਰਿਕ ਬ੍ਰਾਊਨ ਹੋਰ ਨਾਲ ਵੀ ਇਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਹੋਪਫੁਲੀ ਆਉਣ ਵਾਲੇ ਦਿਨਾਂ ਵਿੱਚ ਨਿੱਕੀ ਕੌਰ ਹੋਣੀ ਵੀ ਸਾਡੇ ਨਾਲ ਇਸ ਤਰ੍ਹਾਂ ਗੱਲਬਾਤ ਲਈ ਜੁੜਨਗੇ ਬਾਕੀ ਦੇ ਵੀ ਹੋਰ ਜਿਹੜੇ ਕੈਂਡੀਡੇਟਸ ਨੇ ਉਹਨਾਂ ਨਾਲ ਗੱਲਬਾਤ ਕਰੀ ਦੀ ਹੈ ਕੋਸ਼ਿਸ਼ ਕੀਤੀ ਦੀ ਕਿ ਆਪਣਾ ਫਰਜ਼ ਨਿਭਾਉਂਦੇ ਹੋਏ ਕਮਿਊਨਿਟੀ ਤੱਕ ਸਾਡੇ ਲਿਸਨਰਸ ਤੱਕ ਮੈਸੇਜ ਪਹੁੰਚਦਾ ਕਰਦੇ ਰਹੀਏ ਹੁਣ ਅਖੀਰ ਦੇ ਵਿੱਚ ਕਲੋਜ਼ਿੰਗ ਰਮਾਰਕਸ ਲੈਂਦੇ ਹੋਏ ਰਿਮਾਈਂਡਰ ਦੇ ਦਿਓ ਦੱਸ ਦਿਓ ਕਿ ਕਿਉਂ ਬੌਬਦ ਸੰਝਣਾ ਨੂੰ ਚੁਣਿਆ ਜਾਵੇ ਮੈਂ ਉਹੀ ਕਿਹਾ ਕਿ ਗੱਲ ਉੱਥੇ ਆ ਗਈ ਕਿ ਫੈਸਲਾ ਲੋਕਾਂ ਦੇ ਹੱਥ ਵਿੱਚ ਹੈ ਕਿਸੇ ਨੇ ਕੋਈ ਵੀ ਮੇਰੇ ਨਾਲ ਗੱਲਬਾਤ ਕਰਨੀ ਹੈ ਕਿਉਂਕਿ ਮੈਂ ਤਾਂ ਬ੍ਰਾਂਟਨ ਦੇ ਲੋਕਾਂ ਦੇ ਨਾਲ ਰਲ ਕੇ ਚੱਲਣਾ ਠੀਕ ਹੈ ਔਰ ਫੈਸਲਾ ਲੋਕਾਂ ਦੇ ਹੱਥ 'ਚ ਆ ਕਿਸੇ ਨੇ ਮੇਰਾ 30 ਸਾਲ ਤੋਂ ਫੋਨ ਨੰਬਰ ਜ਼ਿੰਦਗੀ ਦੇ ਵਿੱਚ ਬੜਾ ਇਤਰਾ ਚੜਾਇਆ ਪਰ ਫੋਨ ਦਾ ਬਿੱਲ ਮੈਂ ਪੇ ਕਰਦਾ ਰਿਹਾ 4164197777416419777 ਇੱਥੇ ਤੁਸੀਂ ਬ੍ਰਾਮਟਨ ਦੇ ਲੋਕਾਂ ਨੂੰ ਮੈਂ ਇੱਕ ਬੇਨਤੀ ਕਰਦਾ ਕਿ ਫੈਸਲਾ ਤੁਹਾਡੇ ਹੱਥ ਚ ਹੈ ਤੁਸੀਂ ਕਿਸ ਵਿਅਕਤੀ ਨੂੰ ਬ੍ਰਾਮਟਨ ਦਾ ਅਗਲਾ ਮੇਅਰ ਦੇਖਣਾ ਚਾਹੁੰਦੇ ਹੋ ਜਿਹੜੇ ਲੋਕ ਆਲਰੇਡੀ ਕਰਪਟ ਨੇ ਸਿਟੀ ਦੇ ਇਨਸਾਈਡਰ ਨੇ ਸਿਟੀ ਦੇ ਵਿੱਚ ਆਲਰੇਡੀ ਉਹਨਾਂ ਦੀ ਇਵਾਲਮੈਂਟ ਹੈ ਉਹਨਾਂ ਲੋਕਾਂ ਨੂੰ ਤੁਸੀਂ ਦੁਬਾਰਾ ਵਾਪਸ ਲੈ ਕੇ ਆਉਣਾ ਜਾਂ ਤੁਸੀਂ ਇੱਕ ਨਵੇਂ ਚਿਹਰੇ ਜਿਹੜਾ ਔਨੈਸਟ ਵਿਅਕਤੀ ਆ ਉਸ ਨੂੰ ਤੁਸੀਂ ਕਾਮਯਾਬ ਕਰਕੇ ਆਪਣਾ ਲੀਡਰ ਬਣਾਉਣਾ ਚਾਹੁੰਦੇ ਹੋ ਤੇ ਕੋਈ ਵੀ ਕਨਸਰਨ ਹੈ ਕਿਉਂਕਿ ਮੈਂ ਲੋਕਾਂ ਦੇ ਕਨਸਰਨ ਲੈ ਰਿਹਾ ਜੀ ਕਿਸੇ ਨੇ ਮੇ ਨਾਲ ਗਲਤ ਕਰਨੀ ਹੈ ਤਾਂ 4164197777 ਹਰਜਿੰਦਰ ਜੀ ਤੁਹਾਨੂੰ ਸਮਾਂ ਦੇਣ ਦਾ ਤੁਹਾਡਾ ਬਹੁਤ-ਬਹੁਤ ਧੰਨਵਾਦ। ਬਾਬ ਜੀ ਬਹੁਤ ਸ਼ੁਕਰੀਆ ਧੰਨਵਾਦ ਤੇ ਤੁਹਾਡੇ ਲਈ ਬਹੁਤ-ਬਹੁਤ ਬੈਸਟ ਵਿਸ਼ੀਜ਼। ਥੈਂਕ ਯੂ ਸੋ ਮਚ। ਸਤਿ ਸ਼ਕਤ। ਸਤਿ ਸ਼ਕਤ। ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਦੇਖਣ ਦੇ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਜੀ ਮੀਡੀਆ ਗਰੁੱਪ।